ਭਾਸ਼ਾ ਵਿਭਾਗ ਵੱਲੋਂ ਛਪੀ ਪੁਸਤਕ ਹਸਤਨਾਮ ਦਿੱਲੀ ਦੇ ਸਾਹਿਤਕਾਰਾਂ ਦੀਆਂ ਪ੍ਰਤੀਨਿਧ ਰਚਨਾਵਾਂ ਦਾ ਸੰਗ੍ਰਹਿ ਹੈ। ਪਹਿਲੀ ਕਹਾਣੀ ਹੈ ਸੂਲੀ ਦੇ ਚੜ੍ਹਨ ਦੀ ਘੜੀ, ਲੇਖਕ ਕਰਤਾਰ ਸਿੰਘ ਦੁੱਗਲ। ਆਖਰ ਉਹ ਘੜੀ ਆ ਪਹੁੰਚੀ ਸੀ, ਸੂਲੀ ਤੇ ਚੜ੍ਹਨ ਦੀ ਘੜੀ। ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਉਂਦੀ? ਕਿੰਨੇ ਵਰ੍ਹਿਆਂ ਤੋਂ ਜਿਸ ਛਿੰਨ ਨਾਲ ਉਹ ਲੁੱਕੜ ਮਿੱਟੀ ਖੇਡ ਰਹੀ ਸੀ, ਉਹ ਸਹਿਕਵਾਂ ਸਿਤਮਗਰ ਛਿਣ ਉਹਦੀ ਝੋਲੀ 'ਚ ਸੀ। ਉਹ ਛਿਣ ਜਿਸ ਲਈ ਉਹ ਕਿੰਨਾ ਕਿੰਨਾ ਚਿਰ ਕਲਮ ਕੱਲੀ ਬੈਠੀ, ਗੰਨਿਆਂ ਪਿੱਛੇ ਹੰਝੂ ਲੁਕੋਏ, ਸੁਪਨਿਆਂ ਦੀਆਂ ਵੇਣੀਆਂ ਪਾਉਂਦੀ ਰਹਿੰਦੀ ਸੀ, ਅਤੇ ਫਿਰ ਉਹਨਾਂ ਨੂੰ ਆਪਣੇ ਜੂੜੇ ਵਿੱਚ ਉੜਸ ਕੇ ਸਾਰਾ ਸਾਰਾ ਦਿਨ ਨਸ਼ਿਆਈ ਨਸ਼ਿਆਈ ਮਹਿਸੂਸ ਕਰਦੀ। ਉਹ ਛਿਣ ਜਿਹਦਾ ਸੋਚ ਕੇ ਉਹਦੇ ਪਰਸਿਓਂ ਛੁੱਟਣ ਲੱਗ ਪੈਂਦੇ ਸਨ, ਉਹਦੀਆਂ ਅੱਖੀਆਂ ਸਾਹਮਣੇ ਹਨੇਰੇ ਦੀਆਂ ਕੰਧਾਂ ਉਸਰਨ ਲੱਗਦੀਆਂ ਸਨ, ਉਹਨੂੰ ਆਪਣੇ ਆਪ ਤੋਂ ਡਰ ਆਉਣ ਲੱਗ ਪੈਂਦਾ ਅਤੇ ਉਹ ਗਾਇਤਰੀ ਦਾ ਪਾਠ ਕਰਨ ਲੱਗ ਪੈਂਦੀ ਸੀ। ਉਹ ਛਿਣ ਉਹਦੇ ਸਾਹਮਣੇ ਖਲੋਤਾ ਬਿੱਟ ਬਿੱਟ ਉਹਦੇ ਵੱਲ ਤੱਕ ਰਿਹਾ ਸੀ, ਮੰਦ ਮੰਦ ਮੁਸਕਰਾ ਰਿਹਾ ਸੀ, ਅਤੇ ਅੱਜ ਉਹ ਉਸ ਹਥਿਆਰ ਸੁੱਟ ਪਏ ਸਨ, ਹਾਰ ਕੇ ਆਪਣੇ ਆਪ ਨੂੰ ਸਮੁੱਚਾ ਉਸ ਘੜੀ ਦੇ ਹਵਾਲੇ ਕਰ ਦਿੱਤਾ ਸੀ। ਇਹੀ ਤਾਂ ਉਹਦੀ ਸਹੇਲੀ ਲੇਡੀ ਡਾਕਟਰ ਸ਼ਾਂਤਾ ਨੇ ਕਿਹਾ ਸੀ, ਜਿਹਦੇ ਕਲੀਨਿਕ 'ਚ ਉਸ ਹੁਣੇ ਹੁਣੇ ਬਾਹਰ ਕਦਮ ਰੱਖਿਆ ਸੀ। ਨਮੂਨੇ ਵਜੋਂ ਆਈ ਗੋਲੀਆਂ ਦੀ ਇੱਕ ਡੱਬੀ ਉਹਨੂੰ ਫੜਾਉਂਦੇ ਹੋਏ ਉਸ ਕਿਹਾ ਸੀ, ਇਹਨਾਂ ਨੂੰ ਵਰਤ ਕੇ ਵੇਖੋ, ਪਿੱਲ ਨੇ ਸਾਰੀ ਦੀ ਸਾਰੀ ਔਰਤ ਜ਼ਾਤ ਨੂੰ ਆਜ਼ਾਦ ਕਰ ਦਿੱਤਾ। ਜਿਹੜੀ ਆਜ਼ਾਦੀ ਸੈਂਕੜੇ ਅੰਦੋਲਨ ਔਰਤ ਨੂੰ ਨਹੀਂ ਦੇ ਪਾਏ, ਇਸ ਇੱਕ ਗੋਲੀ ਨੇ ਔਰਤ ਦੇ ਕਦਮਾਂ 'ਚ ਲਿਆ ਸੁੱਟੀ ਹੈ। ਹੁਣ ਔਰਤ ਮਰਦ ਦੀ ਗੁਲਾਮੀ ਤੋਂ ਬੇਨਿਆਜ਼ ਹੋ ਗਈ ਹੈ। ਇਤਿਹਾਸ 'ਚ ਪਹਿਲੀ ਵਾਰ ਔਰਤ ਜ਼ਾਤ ਮਰਦ ਦੇ ਬਰਾਬਰ ਆ ਖਲੋਤੀ ਹੈ, ਉਹਦੇ ਜਿੱਡੀ ਆਪਣੇ ਆਪ ਨੂੰ ਆਜ਼ਾਦ ਗਿਣ ਸਕਦੀ ਹੈ। ਮਾਲਾ ਨੇ ਕਲੀਨਿਕ ਤੋਂ ਬਾਹਰ ਪੈਰ ਹੀ ਰੱਖਿਆ ਅਤੇ ਉਹ ਮਹਿਸੂਸ ਕੀਤਾ ਉਹਨੂੰ ਰੁਕ ਜਾਣਾ ਚਾਹੀਦਾ ਸੀ, ਜਿਵੇਂ ਉਹਦੀ ਸਹੇਲੀ ਲੇਡੀ ਡਾਕਟਰ ਨੇ ਉਹਨੂੰ ਮਸ਼ਵਰਾ ਦਿੱਤਾ ਸੀ। ਬਾਹਰ ਤੇ ਅੰਤਾਂ ਦੇ ਘਣਘੋਰ ਬੱਦਲ ਘਿਰ ਕੇ ਆਏ ਹੋਏ ਸਨ, ਕਿਸੇ ਵੇਲੇ ਵੀ ਜੁਲਾਈ ਟੁੱਟ ਸਕਦੀ ਸੀ। ਕਨਾਟ ਪਲੇਸ ਦੇ ਵਰਾਂਡੇ 'ਚ ਖਲੋਤੀ ਉਹ ਟੈਕਸੀ 'ਚ ਉਡੀਕ ਕਰ ਰਹੀ ਸੀ ਕਿ ਉਹਦੇ ਸਾਹਮਣੇ ਉਹਦੀ ਮੋਟਰ ਆ ਰੁਕੇ। ਉਸ ਵੱਲ ਵੇਖਦਾ ਉਹ ਮੰਦ ਮੰਦ ਮੁਸਕਰਾ ਰਿਹਾ ਸੀ, ਜਿਵੇਂ ਅਸਮਾਨ 'ਚ ਲੁਕਿਆ ਕੋਈ ਸ਼ਿਕਾਰਾ ਅਚਨਚੇਤ ਝੁਣ ਆਣ ਮਾਰਦਾ ਹੈ। ਉਹ ਪਤਾ ਨਹੀਂ ਕਿੱਥੋਂ ਟਪਕ ਪਿਆ ਸੀ ਅਤੇ ਉਹਦੇ ਨਾਲ ਅਗਲੀ ਸੀਟ 'ਤੇ ਜਾ ਬੈਠੀ। ਕਿੱਥੇ ਚੱਲਣਾ? ਕੈਲਾਸ਼ ਨੇ ਕੁਝ ਚਿਰ ਬਾਅਦ ਉਸ ਤੋਂ ਪੁੱਛਿਆ। ਮੋਟਰ ਕਨਾਟ ਪਲੇਸ ਤੋਂ ਬਾਹਰ ਨਿਕਲ ਆਈ ਸੀ, ਬੱਦਲ ਚੁਆਂ ਚੁਆਂ ਕਰ ਰਹੇ ਸਨ, ਕਿਸੇ ਵੇਲੇ ਵੱਸ ਸਕਦੇ ਸਨ। ਠੰਡੀ ਮਿੱਠੀ ਹਵਾ ਝੁੱਲ ਰਹੀ ਸੀ, ਇੱਕ ਨਸ਼ਾ ਨਸ਼ਾ ਸੀ ਲਾਂਭ ਚਾਂਭ ਵਿੱਚ। ਸਾਵਣ ਦੀ ਵਾਛੜ ਤੋਂ ਬਚਣ ਲਈ ਹਰ ਕੋਈ ਖਿੰਡ ਪੁੰਡ ਰਿਹਾ ਸੀ। ਸੜਕ ਖਾਲੀ ਖਾਲੀ ਜਾਪਦੀ ਸੀ, ਜਿਵੇਂ ਅੱਗੇ ਪਿੱਛੇ ਓਲੇ ਆਣ ਖਲੋਤੇ ਹੋਣ। ਹਵਾ ਹੋਰ ਤੇਜ਼ ਹੋ ਗਈ ਸੀ, ਉਹਦੇ ਵਾਲ ਉੱਡ ਉੱਡ ਕੇ ਉਹਦੇ ਮੂੰਹ ਮੱਥੇ ਨੂੰ ਢੱਕ ਰਹੇ ਸਨ, ਉਹਦੀਆਂ ਪਲਕਾਂ ਦੇ ਉੱਤੇ ਉੱਲਰ ਰਹੇ ਸਨ। ਕਿੱਥੇ ਚੱਲਣਾ? ਕੈਲਾਸ਼ ਨੇ ਫਿਰ ਪੁੱਛਿਆ। ਜਿੱਥੇ ਤੁਹਾਡੀ ਮਰਜ਼ੀ। ਉਹਦੇ ਮੂੰਹ 'ਚੋਂ ਅੱਪੜਵਾ ਨਿਕਲਿਆ ਅਤੇ ਉਸ ਆਪਣਾ ਸਿਰ ਉਹਦੇ ਮੋਢਿਆਂ 'ਤੇ ਸੁੱਟ ਪਾਇਆ, ਜਿਵੇਂ ਸਾਰੀ ਉਮਰ ਤੁਰ ਤੁਰ ਕੇ ਕੋਈ ਮੁਸਾਫਿਰ ਡਾਂਡਾ ਥੱਕ ਗਿਆ ਹੋਵੇ। ਥੱਕਣਾ ਤਾਂ ਉਹ ਸੋਇਆ, ਕਦੋਂ ਦੀ ਉਹ ਇਸ ਪੈਡ 'ਤੇ ਤੁਰਦੀ ਚਲੀ ਆ ਰਹੀ ਸੀ, ਉਹਦੇ ਤਾਂ ਗਿੱਟੇ ਵੀ ਰਹਿ ਗਏ ਸਨ। ਅਤੇ ਉਹ ਜਿਸ ਉਹਦੀ ਮੁਹੱਬਤ ਦੀ ਮੁਹਾਟ ਨੂੰ ਆਪਣੇ ਸਿਦਕ ਨਾਲ, ਆਪਣੀ ਆਸਤੀ ਨਾਲ, ਆਪਣੀ ਇਨਕਸਾਰੀ ਨਾਲ, ਆਪਣੇ ਈਸਰ ਨਾਲ ਇੰਨੇ ਵਰੇ ਪੁੱਟ ਕਿੱਦਾਂ ਸੀ, ਜਿਵੇਂ ਇੱਕਦਮ ਠਠੰਬਰ ਗਿਆ। ਉੱਧਰ ਕਹਿਰਾਂ ਦੀ ਬਿਜਲੀ ਲਿਸ਼ਕੀ, ਬੱਦਲ ਗੱਜੇ ਅਤੇ ਛਮ ਛਮ ਮੀਂਹ ਪੈਣ ਲੱਗ ਪਿਆ, ਜਿਵੇਂ ਕੋਈ ਪੂਰੀ ਦੀ ਪੂਰੀ ਧਨ ਉਹਨਾਂ 'ਤੇ ਆ ਕੇ ਚੋਣ ਲੱਗ ਪਵੇ। ਚੌਂ ਪਾਸੇ ਹਨੇਰਾ ਛਾ ਗਿਆ, ਮੀਂਹ ਦੀਆਂ ਕਣੀਆਂ ਲਗਾਤਾਰ ਧਾਰਾਂ ਬਣ ਕੇ ਵਰਨ ਲੱਗ ਪਈਆਂ ਸਨ। ਆਕਾਸ਼ 'ਤੇ ਬਿਜਲੀ ਇੱਕ ਸੱਪਣੀ ਵਾਂਗਰਾਂ ਮੁੜ ਮੁੜ ਲਿਸ਼ਕ ਰਹੀ ਸੀ, ਬੱਦਲ ਮੁੜ ਮੁੜ ਚੰਗਰਾਂ ਮਾਰ ਰਹੇ ਸਨ। ਅੱਗੇ ਪਿੱਛੇ ਇੱਕ ਅੱਖ ਪਲਕਾਰੇ 'ਚ ਜਲ ਥਲ ਹੋ ਗਿਆ ਸੀ। ਕਾਰ ਦਾ ਵਾਈਪਰ ਜਿਵੇਂ ਝੱਲਾ ਹੋ ਰਿਹਾ ਹੋਵੇ, ਹੈੱਡਲਾਈਟ ਜਿਵੇਂ ਝੰਮੀ ਜਾ ਰਹੀ ਹੋਵੇ। ਆਖਰ ਹਾਰ ਕੇ ਉਸ ਗੱਡੀ ਸੜਕ ਕੰਢੇ ਇੱਕ ਰੁੱਖ ਹੇਠ ਖੜ੍ਹੀ ਕਰ ਦਿੱਤੀ ਅਤੇ ਕੈਲਾਸ਼ ਨੇ ਇੱਕ ਨਜ਼ਰ ਮਾਲਾ ਵੱਲ ਵੇਖਿਆ। ਆਖਰਾਂ ਦੀ ਸੋਹਣੀ ਔਰਤ ਸੀ, ਇੱਕ ਹੁਸਨ ਜਿਹੜਾ ਉਮਰ ਦੇ ਤਕਾਜ਼ਿਆਂ ਨੂੰ ਚੁਟਲਾਉਂਦਾ ਹੈ। ਕੋਈ ਕਹੇਗਾ ਉਹਦੀ ਧੀ ਵਿਆਹੀ ਵਰੀ ਜਾ ਚੁੱਕੀ ਸੀ, ਪੁੱਤਰ ਫੌਜ 'ਚ ਕਪਤਾਨ ਸੀ, ਖਾਵੰਦ ਫੁੱਲ ਕਰਨੈਲ ਹੋ ਕੇ ਰਿਟਾਇਰ ਹੋਇਆ ਸੀ। ਕਿੰਨਾ ਚਿਰ ਕਾਰ 'ਚ ਚੁੱਪ ਵਰਤੀ ਰਹੀ, ਬਾਹਰ ਮੀਂਹ ਵੀ ਕਹੇ ਜਿਵੇਂ ਅੱਜੋ ਅੱਜ ਹੈ।
कन पई आवाज़ नहीं सुनाई दे रही सी। सड़क सुन मुसुन पई सी। माला ने अपना बटुआ खोलिया। सामने गोलियां दी ओ डब्बी पई सी जिहड़ी उहदी लेडी डॉक्टर सहेली ने कुछ चिर होया उहनूं वरतण लई दित्ती सी। पता नहीं कैलाश ने उहनूं वेख्या सी नहीं वेख्या सी। माला वैनिटी किट नूं कढ के अपना नक्शक सवारन लग पई। बारिश तो पहले झुल रही तेज हवा ने उहदे मेकअप का सत्यानाश कर दिता सी। तो आप मुहारा सोच रहा सी इस औरत नूं जिहड़ी उहदे नाल इक सुनसान सड़क दे कंढे कलम कली मोटर च बैठी सी वो किंज किंज प्यार कीता सी। वो दिन जदों भगवान की मूर्ति अगे जिवें गिड़गिड़ा के डिग पिया सी। एक नज़र उहनूं वेखण दी लालसा ते जदों डंडौत करके उठिया सी उस पासा परतिया तां पिछे वो खलोती सी। उस वेख्या ते उस सिर तों लैके पैरां ते इक कंब गया। ये मुअज्जज़ा सी ये सुपना सी। उस सोचिया ते बिना उहदी अख नाल अख मिलाए उस शिवाले चों बाहर निकल आया सी। माला उहनूं बुलाउंदी रही सी। उहदी उहने उहदी इक नहीं सुनी सी। ते फिर उस दिन जदों उहनां दे घर रात दी पार्टी च किन्ने चिर तों बीयर पी रिहा उह बाथरूम जाण लई उठिया। रस्ते च बैडरूम दा स्विच टोल रिहा सी कि पता नहीं किवें उहदे सामने आ खलोती। उच्ची लम्मी जिवें लिफ लिफ पैंदी इश्क पेचे दी वेल उहदियां बाहवां च ढेरी होण लई बेताब होवे। ते फिर अचानक उहदी नज़र लाइट दे स्विच ते जा पई। उस अगे वध के बत्ती जलाई ते गुसलखाने वल वध गया। फिर एक दुपहर जदों उह ते उहदा खावंद करनल प्राशर उहनां दे किसे काम आए सन किन्नी गर्मी सी किस तरह उहदा परस्यो चोर रिहा सी तां वी उह किन्नी सोहणी लग रही सी। उहदा जोबन जिवें डुल डुल पै रिहा होवे। गर्मी च बेहाल उहदी साड़ी दा पल्लू उहदियां छातियां ते आण ढेरी होया पिया सी। उहनूं लगा जिवें उहदे सीने नूं किसे मरुंड लिया होवे। जदों उहदा खावंद करनल प्राशर नाल दे कमरे च टैलीफोन करन गया कैलाश तो जिवें रिहा ना गया। गोल कमरे दे गुलदान विच्चों एक अध खिड़ी कली कढ के उस उहनूं भेंट कीती। कली दा रंग उहदी साड़ी दे रंग नाल मिलदा सी। कली उस फड़ते लई पर जिवें मुड़ उहदे पसीने छुट्टण लग पए। उहदे हथ परस्यों नाल तर झरीट हो रहे सन। इहदी बजाए कि उह इन्नी सुंदर कली लई शुक्रिया कहिंदी खिड़न खिड़न कर रही कली नूं अपने बुक जिड्डे भारे जूड़े च उड़सदी उहनूं अपने हथ विच फड़ी उह जिवें परेशान हो रही सी। उह करे तां की। इन्ने च उहदा घर वाला टैलीफोन करके मुड़िया। उहदा टैलीफोन हमेशा लंबा हुंदा सी। जाण वेले जदों गड्डी च बहि रहे सन उस वेख्या उस अगे वध के फुल दी अध खिड़ी कली अपने घर वाले दे कोट दी बटन होल च टुंग दित्ती। ਇਹ ਹੋਰ ਗੱਲ ਸੀ ਉਹਦੇ ਕੋਟ ਦਾ ਰੰਗ ਸਲੇਟੀ ਸੀ ਕਲੀ ਦਾ ਰੰਗ ਕਿਰਮਚੀ ਸੀ। ਮਾਲਾ ਮੇਕਅਪ ਖਤਮ ਕਰ ਚੁੱਕੀ ਸੀ। ਮੋਟਰ ਜਿਵੇਂ ਉਹਦੀ ਸੁਗੰਧ ਨਾਲ ਮਹਿਕ ਉੱਠੀ ਹੋਵੇ। ਇੰਨੇ 'ਚ ਬਾਹਰ ਬਾਰਿਸ਼ ਵੀ ਰੁਕ ਗਈ। ਉਸ ਇੱਕ ਨਜ਼ਰ ਉਸ ਵੱਲ ਵੇਖਿਆ। ਉਂਝ ਦੀ ਉਂਝ ਉਹ ਲੱਗ ਰਹੀ ਸੀ ਜਿਵੇਂ ਅੱਜ ਤੋਂ 25 ਵਰੇ ਪਹਿਲਾਂ ਲੱਗਦੀ ਸੀ। ਪਹਿਲੀ ਵਾਰ ਜਦੋਂ ਉਸ ਉਹਨੂੰ ਵੇਖਿਆ ਸੀ ਉਹਦੀਆਂ ਪਲਕਾਂ ਵਿੱਚ ਮਾਦਕਤਾ ਵਿੱਚ ਜੁੜ ਗਈਆਂ ਸਨ। ਅਤੇ ਉਹਨੂੰ ਇੱਕ ਕਵਿਤਾ ਦੇ ਬੋਲ ਯਾਦ ਆਉਣ ਲੱਗ ਪਏ। ਇੱਕ ਕਦਮ ਹੋਰ ਅਤੇ ਤਾਰੇ ਤਰੁੱਟ ਜਾਵਣਗੇ। ਅੱਜ ਮੇਰੀ ਦੁਨੀਆ 'ਚ ਘੁੱਪ ਹੈ ਘਨਘੋਰ ਹਨੇਰਾ ਹੈ। ਹੁਣ ਕੈਲਾਸ਼ ਨੇ ਮੋਟਰ ਚਲਾ ਦਿੱਤੀ। ਇੱਕ ਝੱਟ ਦਾ ਝੱਟ ਅਤੇ ਇੰਝ ਪ੍ਰਤੀਤ ਹੁੰਦਾ ਜਿਵੇਂ ਕਦੀ ਵਸਿਆ ਹੀ ਨਾ ਹੋਵੇ। ਸੜਕ 'ਤੇ ਉਂਝ ਦੀ ਉਂਝ ਆਵਾਜਾਈ ਸ਼ੁਰੂ ਹੋ ਗਈ ਸੀ। ਬਹੁਤ ਦੂਰ ਉਹਨਾਂ ਦੀ ਗੱਡੀ ਨਹੀਂ ਗਈ ਹੋਏਗੀ ਕਿ ਕੈਲਾਸ਼ ਨੇ ਆਪ ਹੀ ਆਪ ਬੋਲਣਾ ਸ਼ੁਰੂ ਕਰ ਦਿੱਤਾ। ਮਾਲਾ, ਤੈਨੂੰ ਪਤਾ ਕਰਨਲ ਪ੍ਰੈਸ਼ਰ ਦੀ ਤਬੀਅਤ ਕਿਸ ਤਰ੍ਹਾਂ ਦੀ ਹੈ? ਉਹ ਆਦਮੀ ਤਾਂ ਕੁਝ ਵੀ ਨਾ ਹੋਵੇ ਤਾਂ ਲੱਖ ਕਹਾਣੀਆਂ ਬਣਾ ਲੈਂਦਾ, ਅਤੇ ਜੇ ਸੱਚਮੁੱਚ ਕੁਝ ਹੋ ਗਿਆ ਤਾਂ ਉਹ ਤਾਂ ਢੋਈ ਨਹੀਂ ਕਿਸੇ ਨੂੰ ਲੈਣ ਦਏਗਾ। ਉਹ ਤਾਂ ਅਸਮਾਨ ਸਿਰ 'ਤੇ ਚੁੱਕ ਲਏਗਾ, ਕੋਹਰਾਮ ਖੜ੍ਹਾ ਕਰ ਦਏਗਾ। ਵਿਹਲਾ ਫੌਜੀ ਅਫਸਰ, ਉਹਦਾ ਕੁਝ ਪਤਾ ਨਹੀਂ ਕੀ ਕਰ ਬਈ। ਅੱਜ ਉਹ ਇੰਝ ਬੋਲ ਹੀ ਰਿਹਾ ਸੀ ਕਿ ਮਾਲਾ ਨੇ ਉਹਨੂੰ ਟੋਕ ਕੇ ਕਿਹਾ, ਅਤੇ ਫਿਰ ਮੇਰਾ ਕੀ ਬਣੇਗਾ? ਉਹਦੀ ਆਵਾਜ਼ ਗੱਚੋ ਗੱਚ ਸੀ। ਉਸ ਆਵਾਜ਼ 'ਚ ਈਦਮ ਆਦਮ ਤੋਂ ਸਾਰੀ ਔਰਤ ਜ਼ਾਤ ਦੀ ਮਜਬੂਰੀ ਦੀ ਦਾਸਤਾਂ ਜਿਵੇਂ ਚਿੱਤਰੀ ਹੋਵੇ। ਕਿੰਨਾ ਚਿਰ ਖਾਮੋਸ਼ੀ ਛਾਈ ਰਹੀ। ਇੰਨੇ 'ਚ ਮੋਟਰ ਮਾਲਾ ਦੇ ਘਰ ਦੇ ਸਾਹਮਣੇ ਪੁੱਜ ਗਈ ਸੀ। ਮਾਲਾ ਨੇ ਆਪਣਾ ਮਨੀ ਬੈਗ ਚੁੱਕਿਆ। ਕੈਲਾਸ਼ ਨੇ ਬਾਹਰ ਨਿਕਲ ਕੇ ਉਸ ਲਈ ਮੋਟਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਸਿਰ ਸੁੱਟੀ ਗਿਣ ਗਿਣ ਕੇ ਕਦਮ ਰੱਖਦੀ ਆਪਣੇ ਘਰ ਵੱਲ ਤੁਰ ਪਈ। ਉਹਦਾ ਵਿਹੜਾ, ਉਹਦਾ ਵਰਾਂਡਾ, ਉਹਦਾ ਗੋਲ ਕਮਰਾ। ਕਹਾਣੀ ਇੱਥੇ ਹੀ ਨਹੀਂ ਖਤਮ ਹੁੰਦੀ। ਮਾਲਾ ਨੂੰ ਉਹਦੇ ਘਰ ਪਹੁੰਚਾ ਕੇ ਕੈਲਾਸ਼ ਆਪਣੇ ਘਰ ਵੱਲ ਚੱਲ ਦਿੱਤਾ। ਰਸਤੇ 'ਚ ਕੰਪਨੀ ਬਾਗ ਸੀ। ਆਪ ਹੀ ਆਪ ਉਹਦੀ ਮੋਟਰ ਬਾਹਰ ਗੇਟ 'ਤੇ ਰੁਕ ਗਈ। ਕੰਪਨੀ ਬਾਗ ਦੇ ਅੰਦਰ ਇੱਕ ਨਵੇਕਲੀ
ਕੁਛ ਵਿੱਚ ਬੈਂਚ 'ਤੇ ਉਹ ਜਾ ਬੈਠਾ। ਘਣੇ ਰੁੱਖਾਂ ਨਾਲ ਘਿਰਿਆ ਉਹ ਬੈਂਚ ਹਮੇਸ਼ਾ ਖਾਲੀ ਪਿਆ ਰਹਿੰਦਾ ਸੀ। ਕਈ ਵਰ੍ਹਿਆਂ ਤੋਂ ਉਹਨੂੰ ਉਂਝ ਦਾ ਉਂਝ ਵੇਖਦਾ ਆ ਰਿਹਾ ਸੀ। ਜਦੋਂ ਉਹਨੂੰ ਇੰਝ ਵੇਖਦਾ ਉਹਨੂੰ ਕੋਈ ਤਾਂਘ ਸਤਾਉਣ ਲੱਗ ਪੈਂਦੀ ਸੀ। ਇੱਕ ਮਿੱਠਾ ਮਿੱਠਾ ਦਰਦ ਉਹਦੇ ਅੰਗ ਅੰਗ 'ਚ ਮਚਲਣ ਲੱਗ ਪੈਂਦਾ ਸੀ। ਢੇਰ ਰਾਤ ਗਏ ਤੀਕ ਉਹ ਬੈਂਚ 'ਤੇ ਉਂਝ ਦਾ ਉਂਝ ਸਤਬੱਧ ਹੋਇਆ ਬੈਠਾ ਰਿਹਾ। ਸ਼ਹਿਰ ਤੱਕ ਘੜਿਆਲ 12 ਫਿਰ 1 ਫਿਰ 2 ਵਜਾ ਰਿਹਾ ਸੀ। ਫਿਰ ਬਾਗ ਦਾ ਚੌਕੀਦਾਰ ਆਇਆ। ਸਾਹਿਬ ਰਾਤ ਜ਼ਿਆਦਾ ਹੋ ਗਈ ਹੈ, ਉਸ ਉਹਨੂੰ ਯਾਦ ਕਰਾਇਆ। ਉਹ ਰਾਤ ਦੇ ਅੱਜ ਦਾ ਦਿਨ ਜਦੋਂ ਉਹਦੀ ਮੋਟਰ ਉੱਧਰੋਂ ਗੁਜ਼ਰਦੀ, ਕੈਲਾਸ਼ ਦੇ ਹੱਥ ਉਹਦੀ ਗੱਡੀ ਦੇ ਸਟੇਅਰਿੰਗ 'ਤੇ ਕੰਬਣ ਲੱਗ ਪੈਂਦੇ। ਹਮੇਸ਼ਾ ਉਹਨੂੰ ਉਸ ਨਵੇਕਲੇ ਬੈਂਚ ਦੀ ਯਾਦ ਆ ਜਾਂਦੀ ਜਿੱਥੇ ਉਸ ਕਦੀ ਸੋਚਿਆ ਸੀ ਉਹ ਕਿਸੇ ਨਾਲ ਜਾ ਕੇ ਬੈਠੇਗਾ। ਹੋਰ ਕਈ ਵਰੇ ਬੀਤ ਗਏ। ਅੱਜ ਕੱਲ੍ਹ ਉਹ ਸ਼ਾਮੀ ਸੈਰ ਕਰਦਾ ਅਕਸਰ ਕੰਪਨੀ ਬਾਗ ਜਾ ਨਿਕਲਦਾ। ਦੂਰੋਂ ਉਸ ਖਾਲੀ ਪਏ ਨਵੇਕਲੇ ਬੈਂਚ ਨੂੰ ਵੇਖਦਾ ਤਾਂ ਉਹਦੇ ਦਿਲ ਨੂੰ ਕੁਛ ਕੁਛ ਹੋਣ ਲੱਗ ਪੈਂਦਾ। ਉਹਦੀਆਂ ਅੱਖਾਂ ਛਲ ਛਲ ਕਰਨ ਲੱਗ ਪੈਂਦੀਆਂ। ਸਾਵਣ ਦੀ ਉਸ ਸ਼ਾਮ ਅੰਤਾਂ ਦੀ ਬਾਰਿਸ਼ ਹੋਈ ਸੀ। ਕੰਪਨੀ ਬਾਗ 'ਚ ਵੜਦਿਆਂ ਹੀ ਉਸ ਇਹ ਸਭ ਤੋਂ ਸੁੰਦਰ ਫੁੱਲ ਦੀ ਕਲੀ ਤਰੁੰਡ ਲਈ। ਬਗੀਚੇ 'ਚ ਫੁੱਲ ਤੋੜਨਾ ਮਨਾ ਸੀ, ਪਰ ਇਹ ਇੱਕ ਜ਼ਿਆਦਤੀ ਉਹ ਪਿਛਲੇ ਕਈ ਵਰ੍ਹਿਆਂ ਤੋਂ ਕਰ ਰਿਹਾ ਸੀ। ਇੰਨੀ ਉਮਰ ਵਾਲੇ ਬਜ਼ੁਰਗ ਨੂੰ ਕੋਈ ਟੋਕਦਾ ਵੀ ਕਿਵੇਂ? ਜਦੋਂ ਵੀ ਉਹ ਕੰਪਨੀ ਬਾਗ ਵੱਲ ਆ ਨਿਕਲਦਾ, ਹੱਥ ਵਿੱਚ ਫੜੀ ਕਲੀ ਨੂੰ ਬਗੀਚੇ ਦੀ ਨਵੇਕਲੀ ਨੁੱਕਰ ਦੇ ਖਾਲੀ ਬੈਂਚ 'ਤੇ ਰੱਖ ਕੇ ਪਰਤ ਜਾਂਦਾ। ਉਸ ਸ਼ਾਮ ਤਰਕਾਲਾਂ ਵੇਲੇ ਜਦੋਂ ਆਇਆ, ਉਸ ਪੈਰ ਪੈਰ ਵੱਧ ਰਹੇ ਹਨੇਰੇ 'ਚ ਵੇਖਿਆ ਬਗੀਚੇ ਦੀ ਨਵੇਕਲੀ ਕੁਛ ਦੇ ਉਸ ਬੈਂਚ 'ਤੇ ਕੋਈ ਬੈਠੇ ਸਨ, ਇੱਕ ਮਰਦ ਅਤੇ ਇੱਕ ਔਰਤ। ਹੋਠਾਂ 'ਤੇ ਹੋਠ, ਇੱਕ ਦੂਜੇ ਦੀਆਂ ਬਾਹਾਂ 'ਚ ਵਲਿੰਗੇ ਹੋਏ। ਉਹਨਾਂ ਨੂੰ ਜਿਵੇਂ ਅੱਗੇ ਪਿੱਛੇ ਦੀ ਕੋਈ ਸੁਰਤ ਨਾ ਰਹੀ ਹੋਵੇ, ਕਿਵੇਂ ਇੱਕ ਦੂਜੇ ਨੂੰ ਚੁੰਮ ਚੁੰਮ ਕੇ ਨਿਡਾਲ ਹੋ ਰਹੇ ਸਨ। ਕਦੀ ਮਰਦ ਔਰਤ ਉੱਤੇ ਡਿੱਗ ਪੈਂਦਾ, ਕਦੀ ਔਰਤ ਮਰਦ ਉੱਤੇ ਢਹਿ ਪੈਂਦੀ। ਇੰਝ ਉਹਨਾਂ ਨੂੰ ਨਿਹਾਰਦਾ ਉਹ ਸਵਾਦ ਸਵਾਦ ਹੋ ਰਿਹਾ ਸੀ। ਉਸ ਵੇਖਿਆ ਕੰਪਨੀ ਬਾਗ ਦਾ ਚੌਕੀਦਾਰ ਆਪਣੀ ਡਾਂਗ ਖੜਕਾਉਂਦਾ ਵਾਹ ਉਦਾਈ ਉਸ ਨਵੇਕਲੀ ਨੁੱਕਰ ਵੱਲ ਜਾ ਰਿਹਾ ਸੀ। ਦੂਰੋਂ ਹੀ ਖੰਘੂਰੇ ਮਾਰਨ ਲੱਗ ਪਿਆ ਸੀ। ਉਹਦਾ ਜੀ ਕੀਤਾ ਉਹਨੂੰ ਰੋਕ ਲਵੇ, ਉਹਨੂੰ ਫੜ ਕੇ ਉਹਦੇ ਮੂੰਹ 'ਤੇ ਹੱਥ ਰੱਖ ਲਵੇ, ਪਰ ਚੌਕੀਦਾਰ ਕਿਸੇ ਦੇ ਰੋਕਿਆ ਕਦੀ ਰੁਕੇ ਨਹੀਂ। ਉੱਤੇ ਇੰਝ ਸਾਹ ਸਾਹ ਹੋਇਆ ਜਾ ਰਿਹਾ ਸੀ ਜਿਵੇਂ ਕਿਸੇ ਨੂੰ ਸੂਲੀ 'ਤੇ ਚਾੜ ਕੇ ਰਹੇਗਾ। ਧੰਨਵਾਦ। ਅਗਲੀ ਕਹਾਣੀ ਹੈ ਚੁੜੇਲ, ਲੇਖਕ ਨਰਿੰਦਰ ਪਾਲ ਸਿੰਘ। ਸ਼੍ਰੀਮਤੀ ਵਿਸ਼ਨੂੰ ਦਿਵਾਕਰ ਨੇ ਕੱਪੜੇ ਲਾਏ ਅਤੇ ਉਹ ਤਖ਼ਤਪੋਸ਼ ਉੱਤੇ ਮੁੱਧੀ ਲੇਟ ਗਈ। ਦੀਪਕ ਨੇ ਵੱਖੀਆਂ ਦੇ ਉੱਭਰੇ ਮਾਸ ਉੱਤੇ ਮੁੱਕੀਆਂ ਮਾਰਨੀਆਂ ਸ਼ੁਰੂ ਕੀਤੀਆਂ। ਵੱਖੀਆਂ ਉੱਤੇ ਚੜ੍ਹੇ ਮਾਸ ਨਾਲ ਸ਼੍ਰੀਮਤੀ ਦਿਵਾਕਰ ਨੂੰ ਬੜੀ ਚਿੜ ਹੈ, ਬੜੀ ਖਿਝ ਆਉਂਦੀ ਹੈ ਉਹਨੂੰ। ਸਾੜੀ ਬੰਨ੍ਹਦੀ ਹੈ, ਮਾਸ ਦੇ ਵੱਡੇ ਵੱਡੇ ਲੋਥੜੇ ਢਲਕਣ ਲੱਗ ਪੈਂਦੇ ਹਨ। ਸ਼੍ਰੀਮਤੀ ਦਿਵਾਕਰ ਨੇ ਬਲਾਊਜ਼ ਨੀਵੇਂ ਕਰਨ ਦੀ ਵਿਉਂਤ ਉੱਤੇ ਵੀ ਅਮਲ ਕੀਤਾ, ਪਰ ਸਾੜੀ ਦੀ ਵੱਟ ਨਾਲ ਲੱਗਦੇ ਵੀ ਬਲਾਊਜ਼ ਵੀ ਕੋਈ ਬਲਾਊਜ਼ ਹਨ। ਬਾਕੀ ਤੀਵੀਆਂ ਹੱਸਣ, ਥਲ ਥਲ ਕਰਦਾ ਮਾਸ ਘੱਟ ਕਰਨਾ ਆਵਸ਼ਕ ਹੋ ਗਿਆ। ਸੁੰਦਰਤਾ ਸਪੈਸ਼ਲਿਸਟ ਨੇ ਇੱਕ ਤਰੀਕਾ ਦੱਸਿਆ, ਤਖ਼ਤਪੋਸ਼ ਉੱਤੇ ਨੰਗਿਆਂ ਹੋ ਮੁੱਧੇ ਲੇਟਣਾ, ਮੁੱਕੀਆਂ ਮਰਵਾਉਣੀਆਂ, ਇਉਂ ਬਾਕੀ ਸਰੀਰ ਦੇ ਥਲ ਥਲ ਕਰਦੇ ਮਾਸ ਵਿੱਚ ਵੀ ਫਰਕ ਪਏਗਾ, ਡਾਕਟਰ ਨੇ ਦੱਸਿਆ। ਦੀਪਕ ਮੁੱਕੀਆਂ ਮਾਰੀ ਗਈ ਸ਼੍ਰੀਮਤੀ ਦਿਵਾਕਰ ਦੀ ਤਸੱਲੀ ਨਹੀਂ ਹੋ ਰਹੀ ਸੀ। ਕਿਉਂ ਨਹੀਂ, ਅੱਜ ਰੋਟੀ ਖਾ ਕੇ ਨਹੀਂ ਆਈ ਥੋੜ੍ਹੀ ਦੇਰ ਪਿੱਛੋਂ? ਕਿਉਂ ਨਹੀਂ, ਸੌਂਦੀ ਜਾਂਦੀ ਹੈ। ਹਾਂ, ਇਹ ਦੋਵੇਂ ਗੱਲਾਂ ਠੀਕ ਸਨ। ਦੀਪਕ ਭੁੱਖੀ ਸੀ ਅਤੇ ਉਹ ਰਾਤੀ ਸੁੱਤੀ ਵੀ ਨਹੀਂ ਸੀ। ਉਹਦਾ ਨਿੱਕਾ ਭਰਾ ਬਿਮਾਰ ਸੀ, ਵਿਨੇ, 6 ਸਾਲਾਂ ਦਾ ਵਿਨੇ, ਉਹਨੂੰ ਨਮੂਨੀਆ ਸੀ। ਦੀਪਕ ਕਿਵੇਂ ਸੌਂਦੀ? ਉਹਦੀ ਮਾਂ ਸੱਤੀ ਵੀ ਸੌਂ ਨਹੀਂ ਸਕੀ, ਭੈਣ ਵੈਨੀ ਵੀ। ਸਵੇਰੇ ਉਸ ਨਾਸ਼ਤਾ ਨਹੀਂ ਸੀ ਕੀਤਾ, ਚਾਹ ਵੀ ਨਾ ਪੀ ਸਕੀ। ਮਾਂ ਨੇ ਸੌ ਆਖਿਆ, ਪਰ ਦੀਪਕ ਨੂੰ ਜਲਦੀ ਸੀ। ਦੀਪਕ ਦਾ ਦਿਲ ਵੀ ਠੀਕ ਨਹੀਂ ਸੀ, ਉਹ ਆਪਣੀ ਨੌਕਰੀ ਉੱਤੇ ਆ ਗਈ। ਸਵੇਰੇ 9 ਤੋਂ 11 ਤੱਕ ਉਹਦਾ ਕੰਮ ਇਸ ਕਮਰੇ 'ਚ ਹੁੰਦਾ ਸੀ, ਸੁੰਦਰਤਾ ਭਵਨ ਵਿੱਚ। 8:30 ਵਜੇ ਸ਼੍ਰੀਮਤੀ ਦਿਵਾਕਰ ਦੀ ਅੱਖ ਖੁੱਲ੍ਹਦੀ ਸੀ। ਵਿਸ਼ਨੂੰ ਦਿਵਾਕਰ ਉਸ ਵੇਲੇ ਤੱਕ ਤਿਆਰ ਹੋ ਚੁੱਕੇ ਹੁੰਦੇ, 9:45 ਵਜੇ ਨਾਸ਼ਤਾ ਮੇਜ਼ ਉੱਤੇ ਲੱਗ ਜਾਂਦਾ ਸੀ। ਸ਼੍ਰੀ ਦਿਵਾਕਰ ਸਮੇਂ ਦੇ ਅਤਿਅੰਤ ਪੱਕੇ ਸਨ, ਉੱਪਰੋਂ 9 ਵਜਦੇ ਅਤੇ ਉੱਧਰੋਂ ਉਹ ਮਿੱਲ ਦੇ ਦਰਵਾਜ਼ੇ ਉੱਤੇ ਪਹੁੰਚ ਜਾਂਦੇ। ਸ਼੍ਰੀਮਤੀ ਦਿਵਾਕਰ ਆਪਣੇ ਪਤੀ ਨਾਲ ਨਾਸ਼ਤਾ ਕਰਦੀ ਅਤੇ ਫਿਰ ਸਿੱਧੀ ਸੁੰਦਰਤਾ ਭਵਨ 'ਚ ਆ ਜਾਂਦੀ। ਸਰਦੀ ਦੇ ਦਿਨਾਂ 'ਚ ਇਸ ਕਮਰੇ ਅੰਦਰ 2-3 ਹੀਟਰ ਚੱਲਦੇ, ਕਮਰਾ ਗਰਮ ਹੋ ਜਾਂਦਾ, ਬੂਹੇ ਬਾਰੀਆਂ ਬੰਦ, ਬੜੇ ਆਰਾਮ ਨਾਲ ਨੰਗਾ ਹੋ ਸਕਦਾ। ਗਰਮੀਆਂ ਆਉਂਦੀਆਂ ਕੂਲਰ ਲਾਇਆ ਜਾਂਦਾ। ਇਸ ਕਮਰੇ ਦੀ ਇੱਕ ਨੁੱਕਰ 'ਚ ਤਖ਼ਤਪੋਸ਼ ਪਿਆ ਹੈ। ਸੁੰਦਰਤਾ ਵਰਜਿਸ਼ ਲਈ ਇਹ ਬੜੀ ਆਵਸ਼ਕ ਚੀਜ਼ ਹੈ। ਇੱਕ ਪਾਸੇ ਕੰਧ ਨਾਲ ਡੰਡੇ ਜੋੜੇ ਗਏ ਹਨ, ਕੁਛ ਵਧਾ ਕੇ ਇਸ ਨਾਲ ਬਾਹਾਂ ਦੀ ਵਰਜਿਸ਼ ਹੁੰਦੀ ਹੈ, ਸੁਡੌਲ ਬਣਦੀਆਂ ਹਨ। ਇੱਕ ਪਾਸੇ ਛੱਤ ਨਾਲ ਚਮੜੇ ਦੀਆਂ 2 ਰੱਸੀਆਂ ਲਮਕ ਰਹੀਆਂ ਹਨ।
ਸਿਰਿਆਂ ਉੱਤੇ ਹੱਥ ਪਾਉਣ ਵਾਸਤੇ ਰਿੰਗ ਲੱਗੇ ਹੋਏ ਹਨ। ਇੱਕ ਥਾਂ ਪੇਟ ਉੱਤੇ ਮਾਲਿਸ਼ ਕਰਨ ਲਈ ਇੱਕ ਮਸ਼ੀਨ ਹੈ, ਉਚੇਚੀ ਅਮਰੀਕਾ ਤੋਂ ਮੰਗਵਾਈ ਗਈ ਹੈ। ਇੱਕ ਮੇਜ਼ ਉੱਤੇ ਇੱਕ ਹੋਰ ਮਸ਼ੀਨ ਪਈ ਹੈ, ਇਹ ਜਰਮਨੀ ਤੋਂ ਆਈ ਹੈ, ਮੂੰਹ ਉੱਤੇ ਮਾਲਿਸ਼ ਕਰਦੀ ਹੈ। ਹੋਰ ਵੀ ਸਾਜ਼ੋ ਸਮਾਨ ਹੈ, ਥੋੜ੍ਹਾ ਲੁਭਾਏਮਾਨ ਭਵਨ ਹੈ ਇਹ। ਇੱਥੇ ਸ਼੍ਰੀਮਤੀ ਦਿਵਾਕਰ 9 ਤੋਂ ਲਗਭਗ 12 ਵਜੇ ਤੱਕ ਨਿਵਾਸ ਕਰਦੀ ਹੈ। ਇਸ ਤਰ੍ਹਾਂ ਤਰ੍ਹਾਂ ਦੀਆਂ ਵਰਜਿਸ਼ਾਂ ਕਰਦੀ ਹੈ। ਹੁਣ ਤਖ਼ਤਪੋਸ਼ ਉੱਤੇ ਮੁੱਧੀ ਲੇਟੀ ਹੈ। ਦੀਪਕ ਵੱਖੀਆਂ ਦੇ ਢਲਕੇ ਮਾਸ ਉੱਤੇ ਮੁੱਕੀਆਂ ਮਾਰ ਰਹੀ ਹੈ। ਸਰਦੀਆਂ ਦੇ ਦਿਨ ਹਨ ਪਰ ਕਮਰਾ ਗਰਮ ਹੈ, ਜਿਵੇਂ ਹੇਠ ਜੇਠ ਹਾੜ੍ਹ ਦੇ ਮਹੀਨੇ ਹੋਣ। ਸ਼੍ਰੀਮਤੀ ਦਿਵਾਕਰ ਦਾ ਪਿੰਡਾ ਪਸੀਨੇ ਨਾਲ ਤਰ ਹੈ। ਹੁਣੇ ਹੁਣੇ ਉਹ ਬਾਹਾਂ ਦੀ ਵਰਜਿਸ਼ ਕਰਕੇ ਹਟੀ ਹੈ, ਸਾਹ ਵੀ ਫੁੱਲਿਆ ਹੋਇਆ। ਮੁੱਧਾ ਲੇਟਣਾ ਕੋਈ ਸੌਖਾ ਕੰਮ ਨਹੀਂ ਪਰ ਲੇਟਣਾ ਜ਼ਰੂਰੀ ਹੈ। ਦੀਪਕ ਮੁੱਕੀਆਂ ਮਾਰ ਰਹੀ ਹੈ ਅਤੇ ਉਹਨੂੰ ਵੀ ਪਸੀਨਾ ਛੁੱਟ ਰਿਹਾ। ਸਾੜੀ ਉਹਦੀ ਮੋਟੀ ਖੱਦਰ ਦੀ, ਬਲਾਊਜ਼ ਵੀ ਖੱਦਰ ਦਾ। ਉਹਦੀ ਘੱਟ ਵਰਜਿਸ਼ ਨਹੀਂ ਹੁੰਦੀ, ਉਹਨੂੰ ਪਸੀਨਾ ਕਿਵੇਂ ਨਾ ਆਵੇ। ਦੀਪਕ ਨੂੰ ਆਪਣੇ ਆਪ ਕੋਲੋਂ ਗਿਲਾਨੀ ਆ ਰਹੀ ਹੈ। ਮੈਨੂੰ ਆਪਣੇ ਆਪ ਤੋਂ ਗਿਲਾਨੀ ਆਉਂਦੀ ਹੈ, ਜਿਵੇਂ ਆਪਣੇ ਸਰੀਰ ਵਿੱਚੋਂ ਬੋਹ ਆਉਂਦੀ ਹੋਵੇ, ਗਾੜੇ ਪਸੀਨੇ ਦੀ ਬੋਹ। ਸ਼੍ਰੀਮਤੀ ਦਿਵਾਕਰ ਨੇ ਅਜੇ ਨਹਾਉਣਾ ਹੈ, ਇਹ ਸਾਫ਼ ਹੋ ਜਾਏਗੀ, ਪਰ ਮੈਨੂੰ ਬਾਹਰ ਨਿਕਲਦਿਆਂ ਠੰਡ ਲੱਗ ਜਾਣ ਦਾ ਡਰ ਹੈ। ਮੈਂ ਕੱਲ੍ਹ ਵੀ ਨਹੀਂ ਨਹਾਤੀ, ਇਸ ਮੌਸਮ 'ਚ ਮੈਂ ਤੋਂ ਠੰਡੇ ਪਾਣੀ ਨਾਲ ਨਹਾ ਨਹੀਂ ਹੁੰਦਾ। ਪਰ ਪਾਣੀ ਗਰਮ ਕਰਨ ਵਾਸਤੇ ਘਰ 'ਚ ਲੱਕੜਾਂ ਕਿੱਥੇ ਹਨ? ਉਹ ਮੈਨੂੰ ਆਪਣੇ ਆਪ ਨਾਲ ਨਫ਼ਰਤ ਹੁੰਦੀ ਜਾਂਦੀ ਹੈ। ਮੈਂ ਇੱਥੇ ਘਰ ਬਿਨੇ ਬਿਮਾਰ, ਮਾਂ ਬੁੱਢੀ, ਵੈਨੀ ਨਾ ਸਮਝ। ਕੰਧ ਨਾਲ ਲੱਗੀ ਘੜੀ 10 ਵਜਾਉਂਦੀ ਹੈ, ਕੋਈ ਦਰਵਾਜ਼ਾ ਖੜਕਾਉਂਦਾ। ਦੀਪਕ ਜਾਗਦੀ ਹੈ, ਇਹ ਬਹਿਰਾ ਹੈ, ਸ਼੍ਰੀਮਤੀ ਵਾਸਤੇ ਕੁਝ ਅਲਪਹਾਰ ਲੈ ਕੇ ਆਇਆ ਹੈ। ਉੱਠਦੀ ਹੈ, ਬਹਿਰੇ ਕੋਲੋਂ ਟਰੇ ਫੜ ਕੇ ਲਿਆਉਂਦੀ ਹੈ। ਸ਼੍ਰੀਮਤੀ ਦਿਵਾਕਰ ਮਨ ਹੀ ਮਨ ਖੁਸ਼ ਹੁੰਦੀ ਹੈ, ਮੁੱਧੇ ਲੇਟਣ ਤੋਂ ਖੁਲਾਸੀ ਹੋਈ। ਟਰੇ 'ਚ ਹੌਰਲਿਕਸ ਦਾ ਪਿਆਲਾ ਹੈ, ਵੱਡਾ ਪਿਆਲਾ, ਆਮ ਚਾਹ ਦੇ ਪਿਆਲਿਆਂ ਵਰਗਾ ਛੋਟਾ ਜਿਹਾ ਪਿਆਲਾ ਨਹੀਂ। ਦੋ ਉਬਲੇ ਅੰਡੇ ਹਨ, ਤਲੀ ਹੋਈ ਮੱਛੀ ਦੇ ਦੋ ਟੁਕੜੇ ਹਨ। ਦੀਪਕ ਤਪਾਈ ਉੱਤੇ ਟਰੇ ਰੱਖਦੀ ਹੈ, ਸ਼੍ਰੀਮਤੀ ਦਿਵਾਕਰ ਕੋਲ ਲਿਆਉਂਦੀ ਹੈ। ਉਹ ਹੁਣ ਇੱਕ ਆਰਾਮ ਕੁਰਸੀ 'ਤੇ ਆ ਬੈਠੀ ਹੈ। ਸ਼੍ਰੀਮਤੀ ਦਿਵਾਕਰ ਹੌਰਲਿਕਸ ਪੀਂਦੀ ਹੈ, ਦੀਪਕ ਅੰਡੇ ਛਿੱਲਦੀ ਹੈ, ਨਮਕ ਮਸਾਲਾ ਲਾ ਕੇ ਪੇਸ਼ ਕਰਦੀ ਹੈ। 11 ਕੁ ਵਜੇ ਸੰਤਰਿਆਂ ਜਾਂ ਮੌਸਮੀਆਂ ਦਾ ਰਸ ਆਉਂਦਾ ਹੈ, ਭਰਿਆ ਹੋਇਆ ਗਲਾਸ, ਅਤੇ ਫਿਰ ਸ਼੍ਰੀਮਤੀ ਦਿਵਾਕਰ ਇਸ਼ਨਾਨ ਕਰਦੀ ਹੈ। ਦੀਪਕ ਨਾਲ ਜਾਂਦੀ ਹੈ, ਨਹਾਉਣ 'ਚ ਉਹਦੀ ਮਦਦ ਕਰਦੀ ਹੈ। ਪਿੱਠ ਉੱਤੇ ਸਾਬਣ ਮਲ, ਪਿੰਡਾ ਝੱਸ। ਆਪ ਸ਼੍ਰੀਮਤੀ ਦਿਵਾਕਰ ਦੇ ਹੱਥ ਆਪਣੇ ਪਿੰਡੇ ਦੀਆਂ ਬਹੁਤੀਆਂ ਥਾਵਾਂ 'ਤੇ ਨਹੀਂ ਪਹੁੰਚ ਸਕਦੇ। 11:30 ਵਜੇ ਸ਼੍ਰੀਮਤੀ ਦਿਵਾਕਰ ਆਪਣੇ ਡਰੈਸਿੰਗ ਕਮਰੇ 'ਚ ਵੜਦੀ ਹੈ। ਦੀਪਕ ਦੇ ਕੱਪੜੇ ਪਹਿਲਾਂ ਪਸੀਨੇ ਨਾਲ ਗਿੱਲੇ ਹੋਏ ਸਨ, ਫਿਰ ਗੁਸਲਖਾਨੇ 'ਚ ਗਿੱਲੇ ਹੋਏ। ਸ਼੍ਰੀਮਤੀ ਖਿੱਚਦੀ ਹੈ, ਦੀਪਕ ਗਿੱਲੇ ਕੱਪੜਿਆਂ ਨਾਲ ਤੂੰ ਫਰਸ਼ 'ਤੇ ਕਾਲੀਨ ਦਾ ਸੱਤਿਆਨਾਸ਼ ਕਰ ਦਿੰਦੀ ਹੈ। 1000 ਵਾਰ ਆਖਿਆ, ਜ਼ਰਾ ਧਿਆਨ ਰੱਖਿਆ ਕਰ। 1000 ਵਾਰ ਸ਼੍ਰੀਮਤੀ ਦਿਵਾਕਰ ਨੇ ਧਿਆਨ ਕਰਨ ਵਾਸਤੇ ਕਿਹਾ ਹੈ, 1000 ਵਾਰ ਕਿਹਾ ਕਿ ਦੀਪਕ ਹੋਰ ਕੱਪੜੇ ਸਿਵਾਏ, ਗਿੱਲੇ ਕੱਪੜੇ ਬਦਲ ਲਿਆ ਕਰੇ। ਇਹਦੇ ਬਾਰੇ ਇਸ ਮਹੀਨੇ ਦੀਪਕ ਨੇ ਪੱਕਾ ਫੈਸਲਾ ਕੀਤਾ ਸੀ। ਉਹ 2-3 ਨਵੀਆਂ ਸਾੜੀਆਂ ਲਏਗੀ, ਪਰ ਵਿਨੇ ਨੂੰ ਨਮੂਨੀਆ ਹੋ ਗਿਆ। ਹੁਣ ਜਦੋਂ ਸ਼੍ਰੀਮਤੀ ਦਿਵਾਕਰ ਨੇ ਟੋਕਿਆ ਤਾਂ ਇੱਕਦਮ ਉਹਦਾ ਖਿਆਲ ਫਿਰ ਵਿਨੇ ਵੱਲ ਚਲਾ ਗਿਆ। ਦੀਪਕ ਸੋਚਦੀ ਹੈ, ਵਿਨੇ ਦੀ ਜਾਨ ਦਾ ਭਰੋਸਾ ਨਹੀਂ, ਮੈਂ ਸਾੜੀਆਂ ਕਿਵੇਂ ਖਰੀਦਾਂ? ਮੈਂ ਜਾਣਦੀ ਹਾਂ ਉੱਧਰੋਂ ਵਿਨੇ ਨੇ ਠੀਕ ਹੋਣਾ, ਜੇ ਹੋਇਆ ਤਾਂ, ਅਤੇ ਉੱਧਰੋਂ ਮਾਂ ਨੇ ਪੈ ਜਾਣਾ, ਮੈਂ ਕੀ ਕਰਾਂ? 4 ਵਰ੍ਹੇ ਪਹਿਲੇ ਦੀਪਕ ਨੇ BA ਪਾਸ ਕੀਤਾ ਸੀ, FA ਵਿੱਚ ਸੀ ਜਦੋਂ ਪਿਤਾ ਮਰਿਆ। ਸੁੰਦਰ ਰਾਜ ਸ਼੍ਰੀਮਾਨ ਵਿਸ਼ਨੂੰ ਦਿਵਾਕਰ ਦੀ ਮਿੱਲ ਵਿੱਚ ਮੁਲਾਜ਼ਮ ਸੀ। ਤਨਖਾਹ ਬਹੁਤੀ ਨਹੀਂ ਸੀ, ਪਰ ਤੋਟ ਵੀ ਬਹੁਤੀ ਕੋਈ ਨਹੀਂ, ਚੰਗਾ ਗੁਜ਼ਾਰਾ, ਸਾਫ਼ ਰਹਿਣ ਬਹਿਣ, ਸੋਹਣਾ ਖਾਣ ਪੀਣ। ਜਿਸ ਸਾਲ ਪਿਓ ਮਰਿਆ ਉਸ ਤੋਂ 1 ਸਾਲ ਪਹਿਲੇ ਦੀਪਕ ਦੀ ਮੰਗਣੀ ਹੋਈ ਸੀ, ਤੈਅ ਹੋਇਆ ਸੀ ਵਿਆਹ 2.5 ਸਾਲ ਪਿੱਛੋਂ ਹੋਏ, ਜਦੋਂ ਦੀਪਕ BA ਪਾਸ ਕਰ ਲਏ। ਸੁੰਦਰ ਰਾਜ ਮਰਿਆ, ਦੀਪਕ ਦੀ ਮਾਂ ਨੇ ਜਲਦੀ ਵਿਆਹ ਮੰਗਿਆ, ਮੁੰਡਾ ਆੜ ਬੈਠਾ, ਸਤੀਸ਼ ਉਹਦਾ ਨਾਂ ਸੀ। ਆਖੇ ਨਹੀਂ, BA ਪਾਸ ਕੁੜੀ ਨਾਲ ਹੀ ਵਿਆਹ ਕਰਨਾ। ਦੀਪਕ ਨੇ BA ਕੀਤਾ ਅਤੇ ਉਦੋਂ ਤੱਕ ਉਹਨਾਂ ਦੀ ਹਾਲਤ ਪਤਲੀ ਹੋ ਗਈ। 2 ਵਰ੍ਹੇ ਘਰੋਂ ਕੱਢ ਕੇ ਖਾਧਾ ਸੌਖੀ ਗੱਲ ਨਹੀਂ, ਹੁਣ ਮੁੰਡੇ ਦੇ ਮਾਪੇ ਆਈ ਗਈ ਕਰਨ ਲੱਗੇ। ਦੀਪਕ ਨੇ ਕਿਹਾ, ਮਾਂ ਮੈਂ ਵਿਆਹ ਨਹੀਂ ਕਰਾਉਣਾ, ਤੁਸੀਂ ਮੈਨੂੰ BA ਕਰਾਇਆ, ਮੇਰਾ ਫਰਜ਼ ਹੈ ਵਿਨੇ ਅਤੇ ਵੇਨੀ ਨੂੰ ਪੜ੍ਹਾਵਾਂ। ਧੀਏ ਵਿਆਹ ਬਿਨਾਂ ਨਹੀਂ ਲੰਘਦੀ ਇਸ ਦੇਸ਼ 'ਚ, ਲੰਘੇਗੀ ਮਾਂ। ਮਾਂ ਜ਼ੋਰ ਲਾਏ, ਧੀ ਮੰਨੇ ਨਾ, ਮਾਂ ਰੋਵੇ ਅਤੇ ਕਲਪੇ, ਧੀ ਚੁੱਪ ਰਹੇ, ਅੰਦਰੋਂ ਅੰਦਰ ਪੀ ਜਾਏ। ਦੀਪਕ ਨੇ ਟਾਈਪ ਸਿੱਖੀ, ਇੱਕ ਦਫ਼ਤਰ 'ਚ ਨੌਕਰੀ ਕੀਤੀ। ਦੀਪਕ ਦਾ ਹੁਸਨ ਮਾਲਕ ਦੇ ਮੂੰਹ 'ਚੋਂ ਰਾਲਾਂ ਵਗਾਉਣ ਡਿੱਗਣ ਲੱਗੀਆਂ। 1 ਸਾਲ ਕਿਤੇ ਹੋਰ ਲਾਇਆ, ਉੱਥੇ ਵੀ ਮੁਸ਼ਕਲ ਨਾਲ ਅਸਮਤ ਬਚੀ। ਇੱਕ ਥਾਂ ਹੋਰ ਧੱਕੇ ਖਾਧੇ, 5 ਮਹੀਨੇ ਨੌਕਰੀ ਕੀਤੀ, 150 ਰੁਪਏ ਦੇ ਝੁੱਗੇ 'ਚੋਂ ਕੁੱਲ ਰਕਮ 200 ਮਿਲੀ। ਫਰਮ ਬੋਗਸ ਸੀ, ਦੀਪਕ ਨੂੰ
ਟਰਕਾਂ ਗਈ। ਅੰਤ ਸ੍ਰੀ ਵਿਸ਼ਨੂੰ ਦਿਵਾਕਰ ਨੂੰ ਸੁੰਦਰ ਰਾਜ ਦੇ ਟੱਬਰ ਤੇ ਤਰਸ ਆਇਆ। ਸ਼੍ਰੀਮਤੀ ਦਿਵਾਕਰ ਨੂੰ ਇੱਕ ਜਾਤੀ ਆਇਆ ਦੀ ਲੋੜ ਸੀ, ਇੱਕ ਕੁੜੀ ਜਿਹੜੀ ਸਮਝਦਾਰ ਹੋਵੇ, ਜਿਹੜੀ ਪ੍ਰਦਰਸ਼ਨੀ ਉਹ ਬਾਕੀ ਲੇਡੀਆਂ ਸੇਠਾਨੀਆਂ ਅਤੇ ਸ੍ਰੀਮਤੀਆਂ ਅੱਗੇ ਕਰ ਸਕੇ, ਪੜ੍ਹੀ ਲਿਖੀ ਹੋਵੇ, ਅੰਗਰੇਜ਼ੀ 'ਚ ਛਪਦੇ ਸੁੰਦਰਤਾ ਬਾਰੇ ਰਸਾਲੇ ਪੜ੍ਹ ਕੇ ਸੁਣਾ ਸਕੇ। ਸੁੰਦਰਤਾ ਬਾਰੇ ਰਸਾਲੇ, ਕਿਸ ਮੂੰਹ ਉੱਤੇ ਕਿਹੋ ਜਿਹਾ ਮੇਕਅਪ, ਕਿਸ ਰੰਗ ਉੱਤੇ ਕਿਸ ਰੰਗ ਦੇ ਲਿਪਸਟਿਕ, ਕਿਸ ਸਰੀਰ ਪਰ ਕਿਸ ਕਿਸਮ ਦੇ ਬਲਾਊਜ਼ 'ਤੇ ਸਾੜੀ, ਕਿਸ ਤਕਲੀਫ ਲਈ ਕਿਹੜੀ ਸ਼ੈ, ਕਿਸ ਕਮਜ਼ੋਰੀ ਲਈ ਕਿਹੜੀ ਟੋਨਿਕ, ਗੱਲਾਂ ਮੁਲਾਇਮ ਰੱਖਣ ਲਈ ਕਿਹੜੀ ਕਰੀਮ, ਮਾਲਿਸ਼ ਲਈ ਕਿਹੜਾ ਤੇਲ, ਅੱਖਾਂ ਲਈ ਕਿਹੜਾ ਮਸ਼ਕਾਰਾ, ਮੇਲ ਮਿਲਾਪ ਅਤੇ ਨਵੀਨ ਰਸਮਾਂ ਰਿਵਾਜ਼ਾਂ ਬਾਰੇ ਛਪਦੇ ਰਸਾਲੇ ਅਤੇ ਪੁਸਤਕਾਂ ਕੌਣ ਪੜ੍ਹ ਕੇ ਸੁਣਾਏ? ਸ਼੍ਰੀਮਤੀ ਦਿਵਾਕਰ। ਦੀਪਕ ਪੜ੍ਹਦੀ, ਪੜ੍ਹ ਕੇ ਸੁਣਾਉਂਦੀ, ਸੁਣਾ ਕੇ ਸਮਝਾਉਂਦੀ। ਵਸਤੂਆਂ ਦੇ ਆਰਡਰ, ਕਰੀਮਾਂ, ਲਿਪਸਟਿਕਾਂ, ਮਸਕਾਰੇ, ਪਾਊਡਰ, ਤੇਲ, ਟੋਨਿਕਾਂ, ਚੀਜ਼ਾਂ ਆਉਂਦੀਆਂ। ਦੀਪਕ ਸ਼੍ਰੀਮਤੀ ਦਿਵਾਕਰ ਨੂੰ ਵਰਤਣ ਦੀ ਜਾਂਚ ਦੱਸਦੀ, ਪੜ੍ਹ ਪੜ੍ਹ ਕੇ ਸਮਝਾਉਂਦੀ। ਉਹਨੂੰ 200 ਰੁਪਇਆ ਮਾਹਵਾਰ ਮਿਲਦਾ, ਬੜੀ ਰਕਮ ਸੀ ਇਹ, ਉਹ ਘਰ ਦਾ ਗੁਜ਼ਾਰਾ ਚਲਾਉਂਦੀ। ਡੇਢ ਸਾਲ ਦੀ ਨੌਕਰੀ 'ਚ ਦੀਪਕ ਨੇ ਕੋਈ ਨਾਗਾ ਨਹੀਂ ਸੀ ਪਾਇਆ। ਵਕਤ ਸਿਰ ਉਹ ਦਿਵਾਕਰ ਜੀ ਦੀ ਕੋਠੀ ਪਹੁੰਚ ਜਾਂਦੀ, ਸਦਾ ਬੇਵਕਤ ਉਹ ਉੱਥੋਂ ਆਉਂਦੀ, ਬੇਵਕਤ ਕਿਉਂਕਿ ਸ਼੍ਰੀਮਤੀ ਦਿਵਾਕਰ ਕੱਪੜੇ ਲਾਉਣ ਵੇਲੇ ਦੀਪਕ ਦੀ ਹਾਜ਼ਰੀ ਲਾਜ਼ਮੀ ਸਮਝਦੀ ਸੀ। ਪਾਰਟੀਆਂ ਅਤੇ ਨਾਚਾਂ ਅਤੇ ਕਲੱਬਾਂ 'ਚ ਸ਼੍ਰੀਮਤੀ ਦਿਵਾਕਰ ਨੂੰ ਲਗਭਗ ਹਰ ਰਾਤ ਹੀ ਦੇਰ ਹੋ ਜਾਂਦੀ। ਦੀਪਕ ਉਹਨੂੰ ਉਡੀਕਦੀ ਆਉਂਦੀ ਅਤੇ ਫਿਰ ਅੱਧਾ ਘੰਟਾ ਪਿੱਛੋਂ ਕਿਤੇ ਉਹਨੂੰ ਛੁੱਟੀ ਮਿਲਦੀ। ਦੀਪਕ ਨੇ ਕਦੀ ਗਿਲਾ ਨਹੀਂ ਸੀ ਕੀਤਾ, ਉਸ ਕਦੀ ਜਲਦੀ ਜਾਣ ਦੀ ਆਗਿਆ ਨਹੀਂ ਸੀ ਮੰਗੀ। ਘਰ ਜਾ ਕੇ ਦੀਪਕ ਨੇ ਕਰਨਾ ਵੀ ਕੀ ਸੀ ਉਹ ਸੋਚਦੀ, ਇੱਥੇ ਚੰਗੀ ਹਾਂ, ਜ਼ਿੰਦਗੀ ਬਾਰੇ ਸੋਚਦੀ ਹਾਂ, ਭੂਤ ਅਤੇ ਭਵਿੱਖ ਬਾਰੇ ਸੋਚਦੀ ਹਾਂ, ਗਰੀਬੀ ਅਤੇ ਅਮੀਰੀ ਬਾਰੇ ਸੋਚਦੀ ਹਾਂ ਕਿ ਕਿਸੇ ਕੋਲ ਕੀ ਹੈ ਕਿਸੇ ਕੋਲ ਕੀ ਨਹੀਂ। ਸਤੀਸ਼ ਨੂੰ ਯਾਦ ਕਰਦੀ ਹਾਂ, ਉਹਦਾ ਵਿਆਹ ਹੋ ਗਿਆ ਇੱਕ ਅਮੀਰ ਘਰ ਵਿੱਚ, ਵਹੁਟੀ ਸੋਹਣੀ ਨਹੀਂ ਪਰ ਕੀ ਹੋਇਆ, ਅਮੀਰ ਘਰ ਦੀ ਤਾਂ ਹੈ, ਉਸ ਤਾਂ ਮੈਨੂੰ ਕੀ ਯਾਦ ਕਰਨਾ ਹੋਇਆ। ਘਰ ਜਾ ਕੇ ਮੈਂ ਕੀ ਕਰਾਂਗੀ, ਮਾਂ ਨਾਲ ਦੁੱਖ ਫੋਲਣ ਦਾ ਕੋਈ ਲਾਭ, ਦੁੱਖੀ ਫੋਲਣੇ ਹਨ ਮਾਂ ਨਾਲ, ਵਿਨੈ ਅਤੇ ਵੈਨੀ ਨਾਲ ਵੀ ਕੀ ਗੱਲਾਂ ਕਰਾਂ, ਹੱਸਣਾ ਖੇਡਣਾ ਮੇਰੀ ਜ਼ਿੰਦਗੀ ਵਿੱਚੋਂ ਹੁਣ ਮੁੱਕ ਹੀ ਗਿਆ, ਕਮਾਉਂਦੀ ਹਾਂ, ਭੈਣ ਅਤੇ ਭਰਾ ਨੂੰ ਪੜ੍ਹਾਉਂਦੀ ਹਾਂ, ਇਹ ਬੜੀ ਸੰਤੁਸ਼ਟਤਾ ਹੈ, ਕਈਆਂ ਨੂੰ ਇੰਨੀ ਸੰਤੁਸ਼ਟਤਾ ਵੀ ਨਸੀਬ ਨਹੀਂ ਹੁੰਦੀ, ਮੈਂ ਕਈਆਂ ਨਾਲੋਂ ਚੰਗੀ ਹਾਂ, ਮੈਂ ਖੁਸ਼ ਕਿਸਮਤ ਹਾਂ, ਖੁਸ਼ ਵਕਤ। ਸ਼੍ਰੀਮਤੀ ਦਿਵਾਕਰ ਵਰਜਿਸ਼ ਕਰਦੀ, ਦੀਪਕ ਉਹਦੇ ਨਾਲ ਹੁੰਦੀ, ਉਹ ਨਹਾਉਂਦੀ, ਦੀਪਕ ਉਹਨੂੰ ਨਹਾਉਂਦੀ, ਉਹ ਤਿਆਰ ਹੁੰਦੀ, ਦੀਪਕ ਉਹਦੀ ਸਹਾਇਤਾ ਕਰਦੀ। 12 ਵਜੇ ਤਿਆਰ ਹੋ ਕੇ ਸ਼੍ਰੀਮਤੀ ਦਿਵਾਕਰ ਕਦੀ ਮੋਟਰ ਉੱਤੇ ਬਾਹਰ ਚਲੀ ਜਾਂਦੀ, ਕਿਸੇ ਪਾਰਟੀ ਉੱਤੇ ਕਿਸੇ ਨੂੰ ਮਿਲਣ, ਕਿਸੇ ਸ਼ੈ ਦਾ ਪ੍ਰਬੰਧ ਕਰਨ, ਕਦੀ ਉਹ ਬਾਹਰ ਬਗੀਚੇ 'ਚ ਜਾ ਬੈਠਦੀ। ਦੀਪਕ ਉਸ ਵੇਲੇ ਡਰੈਸਿੰਗ ਰੂਮ ਸਾਫ਼ ਕਰਦੀ, ਕੱਪੜੇ ਥਾਂ ਸਿਰ ਰੱਖਦੀ, ਪਾਊਡਰ, ਲਿਪਸਟਿਕ, ਤੇਲ, ਲੋਸ਼ਨ, ਕਰੀਮਾਂ ਪੋ ਆਪਣੇ ਥਾਂ ਸਿਰ, ਸ਼ੀਸ਼ਾ ਪੂੰਝਦੀ, ਇੱਕ ਇੱਕ ਵਸਤ ਝਾੜਦੀ, ਫਿਰ ਸੁੰਦਰਤਾ ਭਵਨ 'ਚ ਜਾਂਦੀ। ਇੰਨੇ ਦੇਰ 'ਚ ਕੰਮ ਕਰਨ ਵਾਲੀ ਝਾੜੂ ਦੇ ਚੁੱਕੀ ਹੁੰਦੀ, ਇੱਕ ਹੋਰ ਨੌਕਰ ਝਾੜ ਪੂੰਝ ਕਰ ਚੁੱਕਾ ਹੁੰਦਾ। ਇੱਥੇ ਦੀਪਕ ਦਾ ਕੰਮ ਸੀ ਵਰਜਿਸ਼ ਦਾ ਸਮਾਨ ਥਾਂ ਸਿਰ ਕਰਨਾ। ਬਹੁਤ ਵਾਰੀ ਜਦੋਂ ਸ਼੍ਰੀਮਤੀ ਦਿਵਾਕਰ ਬਾਗ 'ਚ ਬਹਿੰਦੀ ਤਾਂ ਉਹ ਦੀਪਕ ਨੂੰ ਸੱਦ ਭੇਜਦੀ, ਉਹਦਾ ਕੰਮ ਅਜੇ ਤੱਕ ਖਤਮ ਨਹੀਂ ਸੀ ਹੋਇਆ ਹੁੰਦਾ, ਪਰ ਉਹ ਆ ਜਾਂਦੀ। ਦੀਪਕ ਨਾ ਕਰਨਾ ਨਹੀਂ ਸੀ ਜਾਣਦੀ, ਸਦਾ ਜੀ ਹੀ ਉਹਦੇ ਮੂੰਹੋਂ ਨਿਕਲਦਾ, ਬਾਹਰ ਆ ਜਾਂਦੀ, ਸ਼੍ਰੀਮਤੀ ਦਿਵਾਕਰ ਨੂੰ ਅੰਗਰੇਜ਼ੀ ਦੇ ਰਸਾਲੇ ਅਤੇ ਕਿਤਾਬਾਂ ਸੁਣਾਉਂਦੀ। ਉਂਝ ਦੁਪਹਿਰ ਦੇ ਖਾਣੇ ਪਿੱਛੋਂ ਦੀਪਕ ਨੂੰ ਘੰਟਾ 2 ਆਰਾਮ ਕਰਨ ਨੂੰ ਮਿਲ ਜਾਂਦੇ, ਪਰ ਜਿਸ ਦਿਨ ਬਗੀਚੇ 'ਚ ਹਾਜ਼ਰੀ ਭਰਨੀ ਪੈਂਦੀ, ਇਹ ਸਮਾਂ ਸਫਾਈ ਅਤੇ ਆਮ ਵਿਵਹਾਰ 'ਚ ਲੱਗ ਜਾਂਦਾ। ਇੰਝ ਹੀ ਅੱਜ ਹੋਇਆ, ਸ਼੍ਰੀਮਤੀ ਦਿਵਾਕਰ ਬਾਹਰ ਧੁੱਪਿਆ ਬੈਠੀ, ਦੀਪਕ ਸੁਣਾਈ ਗਈ ਫੈਸ਼ਨਾਂ ਬਾਰੇ ਰਸਾਲੇ, ਸੁੰਦਰਤਾ ਬਾਰੇ ਪੁਸਤਕਾਂ ਅਤੇ ਭਾਰ ਘੱਟ ਕਰਨ ਬਾਰੇ ਸਾਹਿਤ ਲਿਆਂਦਾ ਗਿਆ। ਇੱਕ ਰਸਾਲਾ ਫਰੋਲਦਿਆਂ ਦੀਪਕ ਠਟੰਬਰ ਗਈ, ਉਹਦੇ ਸਾਹਮਣੇ ਇੱਕ ਕੁੜੀ ਸੀ, ਪਰ ਜਵਾਨ, ਅੱਤ ਸੁੰਦਰੀ ਅਤੇ ਪਿਆਰੀ, ਅੱਤ ਮਿੱਠੀ ਅਤੇ ਮਨੋਹਰ, ਅਤੇ ਦੀਪਕ ਨੂੰ ਲੱਗਾ ਕਿ ਉਹਦੀ ਸ਼ਕਲ ਇਸ ਕੁੜੀ ਨਾਲ ਮਿਲਦੀ ਹੈ। ਉਹਦੇ ਵੱਲ ਵੇਖ ਰਹੀ ਸੀ ਕਿ ਆਪਣੇ ਵੱਲ, ਉਹਨੇ ਵਰਕਾ ਪਰਤਿਆ, ਇਸ ਕੁੜੀ ਦੀਆਂ ਅਨੇਕ ਤਸਵੀਰਾਂ ਹੋਰ ਸਨ, ਕਿਤੇ ਉਹ ਸਮੁੰਦਰ ਦੇ ਕਿਨਾਰੇ ਰੇਤ ਉੱਤੇ ਲੇਟ ਰਹੀ ਹੈ, ਨਹਾਉਣ ਵਾਸਤੇ ਸੰਖੇਪ ਵਸਤਰ ਪਹਿਨੇ ਹੈ, ਹੁਣ ਉਹ ਸਮੁੰਦਰ 'ਚ ਨਹਾ ਰਹੀ ਹੈ, ਕਿਵੇਂ ਲਈ ਗਈ ਹੋਏਗੀ ਇਹ ਫੋਟੋ। ਇੱਕ ਤਸਵੀਰ 'ਚ ਉਹਦੇ ਬ੍ਰੇਜ਼ਰ ਪਾਈ ਹੈ, ਘੋੜੇ 'ਤੇ ਸਵਾਰੀ ਹੋ ਰਹੀ ਹੈ, ਇੱਕ ਵਿੱਚ ਸ਼ਾਮ ਦੀ ਪਾਰਟੀ ਲਈ ਸੁੰਦਰ ਪੁਸ਼ਾਕ 'ਚ ਸਜੀ ਖੜੀ ਹੈ ਇਹ ਸੁੰਦਰ ਕੁੜੀ, ਇੱਕ ਫੋਟੋ 'ਚੋਂ ਕਿਸੇ ਨਾਲ ਨੱਚ ਰਹੀ ਹੈ, ਇੱਕ ਤਸਵੀਰ ਰਾਤੀ ਪਾਉਣ ਵਾਲੇ ਕੱਪੜਿਆਂ 'ਚ ਹੈ, ਇੱਕ ਬਾਥਰੂਮ 'ਚ, ਇੱਕ ਡਰੈਸਿੰਗ ਗਾਊਨ 'ਚ। ਦੀਪਕ ਪੜ੍ਹ ਕੁਝ ਨਹੀਂ ਰਹੀ, ਬਸ ਇਸ ਕੁੜੀ ਵੱਲ ਵੇਖੀ ਜਾ ਰਹੀ ਹੈ।
ਇਹਦੇ ਨਕਸ਼ ਬਿਲਕੁਲ ਉਹਦੇ ਆਪਣੇ ਨਕਸ਼ਾਂ ਵਾਂਗ ਹਨ। ਨੱਕ ਦੀ ਕੱਟ, ਬੁੱਲਾਂ ਦੀ ਬਣਤਰ, ਗੱਲਾਂ ਦੀ ਮਲੂਕਤਾ, ਸੁਰਾਈਦਾਰ ਗੱਲਾਂ, ਸਰੀਰ, ਅੰਗ ਅੰਗ ਬਿਲਕੁਲ ਮਿਲਦੀਆਂ ਜੁਲਦੀਆਂ ਹਨ। ਇਹ ਦੋਵੇਂ ਕੁੜੀਆਂ ਇੱਕਾਇੱਕ ਸ਼੍ਰੀਮਤੀ ਦਿਵਾਕਰ ਬੋਲੀ, ਤੈਨੂੰ ਅੱਜ ਕੀ ਹੈ ਦੀਪਕ, ਨੀਂਦਰ ਆਈ ਹੈ? ਦੀਪਕ ਤਰਪਕਦੀ ਹੈ, ਆਪਣੀ ਮੋਟੀ ਅਤੇ ਗਿੱਲੀ ਸਾੜੀ ਨਾਲ ਉਸ ਆਪਣਾ ਮੱਥਾ ਪੂੰਝਿਆ। ਉਸ ਸ਼੍ਰੀਮਤੀ ਦਿਵਾਕਰ ਕੋਲੋਂ ਮਾਫ਼ੀ ਮੰਗੀ ਅਤੇ ਆਪਣਾ ਕੰਮ ਕਰਨ ਲੱਗੀ। ਸ਼੍ਰੀਮਤੀ ਨਾਲੋਂ ਨਾਲ ਆਪਣਾ ਮੂੰਹ ਸ਼ੀਸ਼ੇ 'ਚ ਦੇਖ ਰਹੀ ਸੀ। ਹੁਣ ਉਹ ਸ਼ੀਸ਼ਾ ਰੱਖਿਆ, ਇੱਕਾਇੱਕ ਦੀਪਕ ਨੂੰ ਆਪਣਾ ਮੂੰਹ ਸ਼ੀਸ਼ੇ 'ਚ ਦਿਸਿਆ। ਉਹ ਸੋਚਿਆ, ਨਹੀਂ, ਮੈਂ ਉਸ ਸੋਹਣੀ ਕੁੜੀ ਵਾਂਗ ਕਿੱਥੇ, ਕਿੱਥੇ ਉਹ, ਕਿੱਥੇ ਮੈਂ, ਕਿੱਥੇ ਮੇਰੇ ਇਹ ਬੁੱਲ ਜਿਨ੍ਹਾਂ ਉੱਤੇ ਕਦੇ ਲਿਪਸਟਿਕ ਨਹੀਂ ਲੱਗੀ, ਕਿੱਥੇ ਮੇਰੀਆਂ ਘਰ ਸੀਤੀਆਂ ਅੰਗੀਆਂ, ਘਰ ਸੀਤੇ ਬਲਾਊਜ਼, ਕਿੱਥੇ ਕੌੜੇ ਤੇਲ ਨਾਲ ਮੁਸ਼ਕੇ ਵਾਲ, ਕਿੱਥੇ ਮੇਰੀਆਂ ਗੱਲਾਂ ਜਿਨ੍ਹਾਂ ਨੂੰ ਕਦੇ ਕਰੀਮ ਨੇ ਨਹੀਂ ਛੋਇਆ, ਕਿੱਥੇ ਮੇਰਾ ਸਰੀਰ ਬਿਨਾਂ ਵਰਜਿਸ਼ ਅਤੇ ਬਿਨਾਂ ਖੁਰਾਕ ਦੇ। ਕਰੀਮਾਂ, ਪਾਊਡਰਾਂ, ਲੋਸ਼ਨਾਂ, ਲਿਪਸਟਿਕਾਂ, ਟੋਨਿਕਾਂ ਮੇਰੇ ਆਲੇ ਦੁਆਲੇ ਹਨ, ਪਰ ਮੇਰੇ ਵਾਸਤੇ ਨਹੀਂ। ਮੇਰੇ ਵਾਸਤੇ ਕੁਝ ਨਹੀਂ, ਕੁਝ ਨਹੀਂ ਇਸ ਦੁਨੀਆ 'ਚ। ਕੌਣ ਮੈਨੂੰ ਕਲੱਬ ਲੈ ਜਾ ਰਿਹਾ ਹੈ, ਕੌਣ ਘੋੜ ਸਵਾਰੀ ਲਈ, ਅਤੇ ਕੌਣ ਤਲਾਅ ਜਾਂ ਸਮੁੰਦਰ 'ਚ ਨੁਹਾਉਣ ਲਈ, ਅਤੇ ਕੌਣ ਸੁੰਦਰਤਾ ਦੀ ਸ਼ਲਾਘਾ ਕਰ ਰਿਹਾ ਇਸ ਕੁੜੀ ਵਾਂਗ? ਨਹੀਂ। 1:30 ਵਜੇ ਸ਼੍ਰੀਮਾਨ ਦਿਵਾਕਰ ਆਏ, ਬਗੀਚੇ 'ਚ ਆਏ, ਸਿੱਧੇ ਬਹਿਰਾ ਬੀਅਰ ਲੈ ਆਇਆ, ਸ਼੍ਰੀਮਤੀ ਵਾਸਤੇ ਜੂਸ, ਦੀਪਕ ਉੱਠ ਕੇ ਚਲੀ ਗਈ। ਦੁਪਹਿਰ ਤੋਂ ਪਿੱਛੋਂ ਉਹਨੇ ਅੰਦਰ ਦਾ ਕੰਮ ਮੁਕਾਇਆ। ਮਨ 'ਚ ਮੁੜ ਮੁੜ ਕੇ ਵਿਨੇ ਦਾ ਖਿਆਲ ਮਚਲਦਾ। ਰਾਤੀਂ ਉਹਦੀ ਤਬੀਅਤ ਢੇਰ ਹੀ ਖਰਾਬ ਸੀ, ਹਾਲਤ ਚੰਗੇਰੀ ਨਾ ਹੋਈ, ਮਤੇ ਉਹਨੂੰ ਕੁਝ ਹੋ ਜਾਏ। ਦੀਪਕ ਕੰਬ ਗਈ, ਮਤੇ ਉਹਨੂੰ ਕੁਝ ਹੋ ਜਾਏ। ਬਹੁਤਾ ਚਿਰ ਪਰ ਉਹਦੇ ਬਾਰੇ ਸੋਚ ਨਾ ਸਕੀ। ਅੱਜ ਸ਼੍ਰੀਮਤੀ ਦਿਵਾਕਰ ਦੇ ਸਿਰ 'ਚ ਦਰਦ ਹੈ, ਸ਼ਾਇਦ ਵਰਜਿਸ਼ ਨੂੰ ਦੇਰ ਹੋ ਗਈ ਹੈ, ਸ਼ਾਇਦ ਧੁੱਪ ਲੱਗ ਗਈ ਹੈ। ਹਰ ਹਾਲਤ 'ਚ ਦੀਪਕ ਹੁਣ ਉਹਨਾਂ ਦਾ ਸਿਰ ਦਬਾ ਰਹੀ ਹੈ, ਜੇ ਘੰਟਾ ਨਹੀਂ 40-50 ਮਿੰਟ ਉਹ ਸਿਰ ਜ਼ਰੂਰ ਘੁੱਟਦੀ ਰਹੀ ਹੈ। ਸ਼੍ਰੀਮਤੀ ਦਿਵਾਕਰ ਨੇ ਸੈਰੀਡਨ ਦੀਆਂ 2 ਗੋਲੀਆਂ ਖਾਧੀਆਂ ਹਨ। ਉਹ ਉੱਠੀ, ਸ਼ਾਮੀ 2 ਪਾਰਟੀਆਂ ਹਨ, 2 ਕਿਉਂ 3, ਪਹਿਲੇ ਕਾਕਟੇਲਸ ਉੱਤੇ ਜਾਣਾ, ਫਿਰ ਖਾਣੇ ਅਤੇ ਫਿਰ ਕਲੱਬ ਵਿੱਚ ਬ੍ਰਿਜ। ਖਾਸ ਸੁਨੇਹਾ ਆਇਆ, ਸ਼੍ਰੀਮਾਨ ਸਹਾਏ ਜੀ ਦਾ, ਸ਼੍ਰੀਮਤੀ ਦਿਵਾਕਰ ਨੇ ਜਲਦੀ ਤਿਆਰ ਹੋਣਾ, ਠੀਕ 6 ਵਜੇ ਘਰੋਂ ਨਿਕਲ ਜਾਣਾ। ਠੀਕ 6 ਵਜੇ ਸ਼੍ਰੀਮਤੀ ਦਿਵਾਕਰ ਘਰੋਂ ਨਿਕਲਣ ਲੱਗੀ। ਦੀਪਕ ਦੇ ਮਨ 'ਚ ਪਤਾ ਨਹੀਂ ਕੀ ਆਇਆ, ਉਹਨੇ ਉਹ ਕੁਝ ਕੀਤਾ ਜਿਹੜਾ ਉਸ ਅਜੇ ਤੱਕ ਨਹੀਂ ਸੀ ਕੀਤਾ। ਪਿਛਲੇ 1.5 ਸਾਲ ਉਹਨੇ ਜ਼ਬਾਨ ਨਹੀਂ ਸੀ ਖੋਲ੍ਹੀ, ਜਿਵੇਂ ਆਗਿਆ ਹੁੰਦੀ ਉਵੇਂ ਕਰਦੀ, ਜਦੋਂ ਆਪ ਸ਼੍ਰੀਮਤੀ ਦਿਵਾਕਰ ਕਹਿੰਦੀ ਉਦੋਂ ਹੀ ਉਹ ਘਰ ਜਾਂਦੀ। ਉਸ ਪਿਛਲੇ 1.5 ਸਾਲ 'ਚ ਕਦੀ ਜਲਦੀ ਘਰ ਜਾਣ ਦਾ ਹੇਜੜਾ ਨਹੀਂ ਸੀ ਕੀਤਾ। ਘਰ ਜਾ ਕੇ ਉਸ ਕਰਨਾ ਹੀ ਕੀ ਸੀ, ਦੁਖੀ ਫੁੱਲਣੇ ਸਨ, ਦੁਖੀ ਹੋਣਾ ਸੀ, ਵੇਖ ਕੇ ਭੈਣ ਭਰਾ ਨੂੰ, ਉਹਨਾਂ ਦੇ ਫਟੇ ਕੱਪੜਿਆਂ, ਫਟੀਆਂ ਪੁਰਾਣੀਆਂ ਕਿਤਾਬਾਂ ਨੂੰ ਤੱਕ ਕੇ। ਪਰ ਅੱਜ ਦੀਪਕ ਨੂੰ ਪਤਾ ਨਹੀਂ ਕੀ ਹੋ ਗਿਆ, ਉਹ ਜ਼ਬਾਨ ਖੋਲ੍ਹ ਬੈਠੀ। ਅੱਗੇ ਵੀ ਭੈਣ ਭਰਾ ਬਿਮਾਰ ਹੋਏ ਸਨ, ਮਾਂ ਨੇ ਮੰਜੀ ਮੱਲੀ ਸੀ, ਕਦੀ ਕੋਈ ਬਾਹਰੋਂ ਰਿਸ਼ਤੇਦਾਰ ਆਇਆ ਸੀ, ਪਰ ਮਜਾਲ ਦੀਪਕ ਨੇ ਮੂੰਹ ਖੋਲ੍ਹਿਆ ਹੋਵੇ, ਮੰਗੀ ਹੋਵੇ, ਇਸ ਤਰ੍ਹਾਂ ਹੁੰਦਾ ਹੀ ਰਹਿੰਦਾ ਹੈ। ਉਹ ਸੋਚਦੀ ਬੜਾ ਕੁਝ, ਉਂਝ ਕਹਿੰਦੀ ਕੁਝ ਨਾ। ਪਰ ਅੱਜ ਜਦੋਂ 6 ਵਜੇ ਸ਼੍ਰੀਮਤੀ ਦਿਵਾਕਰ ਜਾਣ ਲੱਗੀ ਤਾਂ ਦੀਪਕ ਬੋਲ ਬੈਠੀ, ਜੇ ਆਗਿਆ ਹੋਵੇ ਸ਼੍ਰੀਮਤੀ ਜੀ ਤਾਂ ਮੈਂ ਅੱਜ ਘਰ ਚਲੇ ਜਾਵਾਂ, ਮੇਰਾ। ਸ਼੍ਰੀਮਤੀ ਦਿਵਾਕਰ ਨੇ ਗੱਲ ਟੋਕ ਦਿੱਤੀ, ਉਹ ਨੌਕਰਾਂ ਦੀ ਚੱਪੜ ਚੱਪੜ ਦੀ ਆਦੀ ਨਹੀਂ ਸੀ। ਨਹੀਂ ਨਹੀਂ, ਇਹ ਨਹੀਂ ਹੋ ਸਕਦਾ, ਮੇਰੇ ਕੋਲੋਂ ਨਹੀਂ ਲੈਂਦੇ ਕੱਪੜੇ, ਮੇਰੇ ਕੋਲੋਂ ਨਹੀਂ ਸਾਂਭੇ ਜਾਂਦੇ, ਅਤੇ ਤੇਰੀ ਜ਼ਬਾਨ ਖੁੱਲ੍ਹਦੀ ਜਾਂਦੀ ਹੈ, ਹੋਸ਼ ਆਵਾਜ਼ ਕਾਇਮ ਰੱਖ ਕੇ ਕੰਮ ਕਰ, ਨਹੀਂ ਤਾਂ। ਸ਼੍ਰੀਮਤੀ ਦਿਵਾਕਰ ਚਲੀ ਗਈ। ਦੀਪਕ ਅੰਦਰ ਆਈ, ਉਹਨੂੰ ਆਪਣੀ ਮਾਲਕਣ ਦਾ ਕੁਰਖਤ ਰਵੱਈਆ ਪੋਇਆ ਤੱਕ ਨਹੀਂ, ਠਰਮੇ ਨਾਲ ਸਹਿਜੇ ਸਹਿਜੇ ਅੰਦਰ ਗਈ। ਕੰਮ ਉਹ ਲਗਭਗ ਮੁਕਾ ਹੀ ਚੁੱਕੀ ਸੀ, ਜਲਦੀ ਜਾਣ ਦੀ ਆਸ ਵਿੱਚ ਉਹ ਹੁਣ ਕਰਨ ਨੂੰ ਖਾਸ ਕੁਝ ਨਹੀਂ ਸੀ। ਦੀਪਕ ਬਹਿ ਗਈ, ਉਸ ਰਸਾਲਾ ਚੁੱਕਿਆ, ਫਿਰ ਇੱਕ ਕਿਤਾਬ, ਫਿਰ ਇੱਕ ਹੋਰ ਰਸਾਲਾ। ਕੁਦਰਤਨ ਇਹ ਰਸਾਲਾ ਉਹ ਨਿਕਲਿਆ ਜਿਹੜਾ ਉਹ ਦੁਪਹਿਰੇ ਦੇਖ ਰਹੀ ਸੀ। ਕੁਦਰਤਨ ਤਸਵੀਰਾਂ ਵੀ ਉਸੇ ਕੁੜੀ ਦੀਆਂ ਸਾਹਮਣੇ ਆਈਆਂ, ਉਸੇ ਸੋਹਣੀ ਅਤੇ ਪਿਆਰੀ ਕੁੜੀ ਦੀਆਂ ਜਿਹਦੀ ਸ਼ਕਲ ਉਹਦੇ ਆਪਣੇ ਨਾਲ ਮਿਲਦੀ ਸੀ। ਨਾ ਜਾਣੇ ਉਹਦੇ ਮਨ 'ਚ ਕੀ ਆਈ, ਉਸ ਕੁੜੀ ਦੀ ਵੱਡੀ ਅਤੇ ਮੁੱਖ ਤਸਵੀਰ ਸਾਹਮਣੇ ਰੱਖ ਕੇ ਦੀਪਕ ਡਰੈਸਿੰਗ ਮੇਜ਼ ਦੇ ਸਾਹਮਣੇ ਆ ਖਲੋਤੀ, ਆਦਮ ਕੱਦ ਸ਼ੀਸ਼ੇ ਦੇ ਸਾਹਮਣੇ ਉਸ ਸਟੂਲ 'ਤੇ ਬਹਿ ਗਈ ਜਿਸ ਉੱਤੇ ਸ਼੍ਰੀਮਤੀ ਦਿਵਾਕਰ ਬੈਠਿਆ ਕਰਦੀ ਸੀ। ਅਜੇ ਤੱਕ ਕਦੀ ਦੀਪਕ ਇਸ ਸਟੂਲ 'ਤੇ ਨਹੀਂ ਸੀ ਬੈਠੀ, ਪਰ ਅੱਜ ਉਹ ਇੱਥੇ ਬਹਿ ਗਈ, ਬਿਨਾਂ ਸੋਚੇ ਸਮਝੇ, ਜਿਵੇਂ ਇਹ ਸਟੂਲ ਉਹਦੇ ਵਾਸਤੇ ਹੀ ਬਣਿਆ ਹੋਵੇ, ਜਿਵੇਂ ਸਾਹਮਣੇ ਦਾ ਡਰੈਸਿੰਗ ਟੇਬਲ ਉਹਦਾ ਆਪਣਾ ਹੋਵੇ, ਜਿਵੇਂ ਇਹ ਸਭ ਕਰੀਮਾਂ, ਪਾਊਡਰ, ਲੋਸ਼ਨ, ਬਿੰਦੀਆਂ, ਲਿਪਸਟਿਕਾਂ ਉਹਦੀਆਂ ਆਪਣੀਆਂ ਹੋਣ। ਤਸਵੀਰ ਸਾਹਮਣੇ ਰੱਖ ਕੇ ਸਭ ਤੋਂ ਪਹਿਲਾਂ ਉਹਨੇ ਆਪਣੇ ਵਾਲ ਬਣਾਏ, ਹੂਬ ਹੂ ਉਹ ਕੁੜੀ ਦੇ ਵਾਲਾਂ ਵਾਂਗ। ਵਲਾਇਤੀ ਫੈਸ਼ਨ ਦੇ ਵਾਲ ਬਣਾਉਣੇ ਸੌਖੇ ਨਹੀਂ ਸਨ, ਪਰ ਦੀਪਕ ਨੂੰ ਕੁਝ ਔਖ ਨਹੀਂ ਹੋਇਆ। ਦੀਪਕ ਆਪ ਉਹ ਕੁੜੀ ਤਾਂ ਸੀ, ਸਿਰਫ ਵਾਲ, ਪਿੰਨ,
30-40 ਲੱਗ ਗਏ ਪਰ ਵਾਲ ਪਿੰਨਾਂ ਦੀ ਕੋਈ ਘਾਟ ਹੈ ਮੇਜ਼ ਦੀ ਦਰਾਜ਼ 'ਚ ਪਏ ਹਨ ਵਾਲ ਬਣਾ ਕੇ ਉਸ ਮੂੰਹ 'ਤੇ ਪਾਊਡਰ ਲਾਇਆ ਪਰ ਵੱਟੇ ਬਣਾਏ ਫਿਰ ਲਿਪਸਟਿਕ ਲਗਾਈ ਬਿਲਕੁਲ ਉਸ ਕੁੜੀ ਵਾਂਗ ਲੱਗੀ ਉਹ ਕੁੜੀ ਹੁਣ ਉਹ ਆਪਣੇ ਨਹੁੰ ਬਣਾਏ ਵਧੀਆ ਰੈਵਲੋਨ ਦਾ ਨਾਲ ਪੋਲਿਸ਼ ਲਾਇਆ ਹੁਣ ਉਸ ਸ਼੍ਰੀਮਤੀ ਦਿਵਾਕਰ ਦੀ ਵਾਰਡਰੋਬ ਖੋਲ੍ਹੀ ਸਭ ਤੋਂ ਸੁੰਦਰ ਅਤੇ ਕੀਮਤੀ ਸਾੜੀ ਕੱਢੀ ਫਰਾਂਸ ਦੀ ਬਣੀ ਅੰਗੀ ਕੱਢੀ ਮਸ਼ੀਨ ਉੱਤੇ ਉਹਨੂੰ ਛੋਟਾ ਕੀਤਾ ਬਲਾਊਜ਼ ਵੀ ਛੋਟਾ ਕੀਤਾ ਚੀਨ ਬਣੇ ਖਾਸ ਸੈਂਡਲ ਕੱਢੇ ਉਹਨੂੰ ਪਤਾ ਵੀ ਨਾ ਲੱਗਾ 6 ਘੰਟੇ ਕਿਵੇਂ ਬੀਤ ਗਏ ਆਪਣੀ ਮਾਂ ਭੈਣ ਨੂੰ ਭੁੱਲ ਗਈ ਉਹਨੂੰ ਆਪਣਾ ਬਿਮਾਰ ਵਿਨੇ ਵੀ ਭੁੱਲ ਗਿਆ 12 ਵਜੇ ਜੇ ਸ਼੍ਰੀਮਤੀ ਦਿਵਾਕਰ ਆਈ ਉਸ ਦੀਪਕ ਨੂੰ ਵੇਖਿਆ ਉਹ ਚੀਕੀ ਚੁੜੇਲ ਉਹ ਡਿੱਗ ਪਈ ਅਤੇ ਬੇਹੋਸ਼ ਹੋ ਗਈ ਧੰਨਵਾਦ ਅਗਲੀ ਕਹਾਣੀ ਹੈ ਮੌਤ ਅਲੀ ਬਾਬੇ ਦੀ ਲੇਖਿਕਾ ਅਜੀਤ ਕੌਰ ਅਤੇ ਆਖਰ ਉਸ ਆਦਮੀ ਨੇ ਜਿਹੜਾ ਆਦਮੀ ਘੱਟ ਅਤੇ ਕਲਰਕ ਜ਼ਿਆਦਾ ਸੀ ਅਤੇ ਜਿਹਦਾ ਨਾਂ ਰਾਮ ਲਾਲ ਸੀ ਆਪਣੇ ਦਫ਼ਤਰ ਯਾਨੀ ਟਾਊਨ ਹਾਲ ਦੀ 4ਵੀਂ ਛੱਤ ਤੋਂ ਕੁੱਦ ਕੇ ਖੁਦਕੁਸ਼ੀ ਕਰ ਲਈ ਅਗਲੇ ਦਿਨ ਅਖਬਾਰ ਦੇ ਲੋਕਲ ਖਬਰਾਂ ਵਾਲੇ 3 ਸਫ਼ੇ ਦੇ ਪੈਰਾਂ ਵਿੱਚ ਜਿੱਥੇ ਬਹੁਤ ਨਿਗੂਣੀਆਂ ਜਿਹੀਆਂ ਖਬਰਾਂ ਛਪਦੀਆਂ ਨੇ ਕਿ ਸ਼ਹਿਰ 'ਚ ਇੰਨੇ ਕਤਲ ਹੋਏ ਇੰਨੇ ਬਲਾਤਕਾਰ ਹੋਏ ਫਲਾਣਾ ਬੰਦਾ ਟਰੱਕ ਹੇਠ ਕੁੱਟ ਲਿਆ ਗਿਆ ਇੱਕ ਬੱਚਾ ਰੇਲਵੇ ਲਾਈਨ 'ਤੇ ਕੱਟ ਕੇ ਮਰ ਗਿਆ ਫਲਾਣੇ ਨੇ ਖੁਦਕੁਸ਼ੀ ਕਰ ਲਈ ਫਲਾਣੀ ਫਲਾਣੀ ਅਤੇ ਫਲਾਣੀ ਔਰਤ ਸਟੋਵ ਚਾਹ ਬਣਾਉਂਦੀਆਂ ਸੜ ਹੋਈਆਂ ਉੱਥੇ 2 ਲਾਈਨਾਂ ਦੀ ਖਬਰ ਛਪੀ ਕਿ ਰਾਮ ਲਾਲ ਜਿਹੜਾ ਮਿਊਂਸਪੈਲਿਟੀ 'ਚ ਕਲਰਕ ਸੀ ਟਾਊਨ ਹਾਲ ਦੀ 4ਵੀਂ ਛੱਤ ਤੋਂ ਛਾਲ ਮਾਰ ਕੇ ਮਰ ਗਿਆ ਉਸ ਦਿਨ ਲੋਡੇ ਵੇਲੇ ਮਿਸਿਸ ਮਿੱਡਾ ਦੀ ਕਿੱਟੀ ਪਾਰਟੀ 'ਚ ਮਿਸਿਸ ਮਾਥੁਰ ਨੇ ਜਿਹੜੀ ਬਾਕੀ ਦੀਆਂ ਸਾਰੀਆਂ ਔਰਤਾਂ ਨਾਲੋਂ ਹੌਲੇ ਮੇਲ ਦੀਆਂ ਸਾੜੀਆਂ ਅਤੇ ਹਲਕੇ ਗਹਿਣੇ ਪਾਉਣ ਲਈ ਮਜਬੂਰ ਸੀ ਕਿਉਂਕਿ ਉਹਦੇ ਘਰ ਵਾਲੇ ਨੂੰ ਖਸਮਾਂ ਖਾਣੇ ਭਾਰਤ ਸਰਕਾਰ ਨੇ ਪਿਛਲੇ 6 ਤੋਂ ਡਿਫੈਂਸ ਮਿਨਿਸਟਰੀ ਦੇ ਇਹੋ ਜਿਹੇ ਦੱਕੀਆ ਨੁਸੀ ਮਹਿਕਮੇ 'ਚ ਅੜੰਗ ਰੱਖਿਆ ਸੀ ਜਿੱਥੇ ਉਤਲੀ ਆਮਦਨ ਦੇ ਕੋਈ ਚਾਂਸਿਸ ਨਹੀਂ ਸਨ ਇਸੇ ਕਰਕੇ ਮਿਸਿਸ ਮਾਥਰ ਨੂੰ ਆਪਣੀਆਂ ਸਾੜੀਆਂ ਅਤੇ ਗਹਿਣਿਆਂ ਦੇ ਹਲਕੇਪਣ ਨੂੰ ਛੁਪਾਉਣ ਲਈ ਕਿੱਟੀ ਪਾਰਟੀ ਵਾਲੇ ਦਿਨ ਬੜੀ ਇਕਾਗਰਚਿਤ ਹੋ ਕੇ ਅਖਬਾਰ ਪੜ੍ਹਨ ਲਈ ਅਤੇ ਉਹਦੀਆਂ 2-3 ਸੁਰਖੀਆਂ ਵਾਲੀਆਂ ਖਬਰਾਂ ਨੂੰ ਯਾਦ ਕਰਕੇ ਪਾਰਟੀ ਵਿੱਚ ਉਹਨਾਂ ਬਾਰੇ ਗੱਲ ਕਰਕੇ ਬਾਕੀਆਂ ਉੱਤੇ ਆਪਣੀ ਜਾਗਰੂਕਤਾ ਦੀ ਧੌਂਸ ਜਮਾਉਣ ਲਈ ਉੱਚੀ ਉੱਚੀ ਮਿਹਨਤ ਕਰਨੀ ਪੈਂਦੀ ਸੀ ਚਿਕਨ ਟਿੱਕੇ ਦਾ ਟੁਕੜਾ ਨਜ਼ਾਕਤ ਨਾਲ ਕੁਤਰਦਿਆਂ ਹੋਇਆਂ ਗਿਆ ਪਤਾ ਨਹੀਂ ਕੌਣ ਸੀ ਵਿਚਾਰਾ ਉਹ ਰਾਮ ਲਾਲ ਜਿਹੜਾ ਕੱਲ੍ਹ ਟਾਊਨ ਹਾਲ ਤੋਂ ਕੁੱਦ ਕੇ ਮਰ ਗਿਆ ਜਵਾਬ ਵਿੱਚ ਕੁਝ ਪਲਕਾਂ ਫਰਫਰਾਈਆਂ ਕੰਨਾਂ ਦੇ ਹੀਰੇ ਝਿਲ ਮਿਲਾਏ ਅਤੇ ਮਿਸਿਸ ਮਿੱਡਾ ਕਿਉਂਕਿ ਮੇਜ਼ਬਾਨ ਸੀ ਬੋਲੀ ਪੋਰ ਡੀਅਰ ਉਸ ਦੁਪਹਿਰ ਨੂੰ ਪ੍ਰੈਸ ਕਲੱਬ ਵਿੱਚ ਬੀਅਰਾਂ ਦੇ ਝੱਗੋ ਝੱਗ ਗਲਾਸਾਂ ਨੂੰ ਪੁਰਾਣੀਆਂ ਨਾਮੁਰਾਦ ਜੀਆਂ ਮੇਜ਼ਾਂ 'ਤੇ ਰੱਖ ਕੇ ਜਦੋਂ ਅਖਬਾਰੀ ਲੋਕ ਤਾਰਾਪੁਰ ਪਲਾਟ 'ਤੇ ਪੰਜਾਬ ਮਸਲੇ 'ਤੇ ਗੱਲ ਕਰ ਰਹੇ ਸਨ ਗੁਪਤਾ ਨੇ ਜਿਹੜੇ ਰੋਜ਼ 2 ਵਰਕਿਆਂ ਦਾ ਇੱਕੋ ਲੋਡੇ ਵੇਲੇ ਦਾ ਪਰਚਾ ਕੱਢਦਾ ਸੀ ਹਿੰਦੀ ਵਿੱਚ ਅਤੇ ਜਿਹਨੂੰ 2 ਪਹਿਲਾਂ ਇੰਦਰਾ ਗਾਂਧੀ ਨੇ ਰਾਜ ਸਭਾ ਦਾ ਮੈਂਬਰ ਨਾਮਜ਼ਦ ਕਰ ਦਿੱਤਾ ਸੀ ਕਹਿਣ ਲੱਗਾ ਉਸ ਰਾਮ ਲਾਲ ਬਾਰੇ ਕੁਝ ਪਤਾ ਲੱਗਾ ਰਾਮ ਲਾਲ ਲੜਾ ਰਿਹਾ ਆਪਣੀਆਂ ਤਿਗੜਮਾਂ ਹਰ ਚੀਫ਼ ਮਿਨਿਸਟਰ ਜਦੋਂ ਭੂਤਪੂਰਵ ਹੋ ਜਾਂਦਾ ਹੈ ਤਾਂ ਨਵੇਂ ਆਉਣ ਵਾਲੇ ਦੇ ਖਿਲਾਫ ਕਰਪਸ਼ਨ ਦੇ ਸਬੂਤ ਇਕੱਠੇ ਕਰਨ ਲੱਗਦਾ ਹੈ ਪਰਸੋਂ ਮਿਲਿਆ ਸੀ ਨਵੇਂ ਚੀਫ ਮਿਨਿਸਟਰ ਬਾਰੇ ਜਾਣਕਾਰੀ ਦੇਣ ਹਿੰਦੁਸਤਾਨ ਟਾਈਮਸ ਦਾ ਰਾਜ ਬੋਲਿਆ ਅਰੇ ਬਈ ਉਹ ਰਾਮ ਲਾਲ ਨਹੀਂ ਉਹ ਰਾਮ ਲਾਲ ਜਿਹਨੇ ਕੱਲ੍ਹ ਟਾਊਨ ਤੋਂ ਕੁੱਦ ਕੇ ਖੁਦਕੁਸ਼ੀ ਕੀਤੀ ਉਹਦਾ ਕ੍ਰਾਈਮ ਰਿਪੋਰਟਰ ਇਨਵੈਸਟੀਗੇਸ਼ਨ ਕਰ ਰਿਹਾ ਸ਼ਾਇਦ ਅੱਜ ਰਾਤੀ ਫਾਈਲ ਕਰੇਗਾ ਸਟੋਰੀ ਪਰ ਸਟੋਰੀਆਂ ਤਾਂ ਕੱਲ੍ਹ ਰਾਤ ਤੋਂ ਹੀ ਸਭ ਦੇ ਬੋਝਿਆਂ 'ਚ ਸਨ ਪਵਨ ਮਨਚੰਦਾ ਨੇ ਜੋ ਸਭ ਦੀ ਮਦਦ ਕੀਤੀ ਸੀ ਅਸਲੀਅਤ ਜਾਣਨ ਵਿੱਚ ਉਹ ਫਾਈਲ ਕੀਤੀਆਂ ਜਾਣਗੀਆਂ ਕੱਲ੍ਹ ਛਪਣਗੀਆਂ ਸਭ ਅਖਬਾਰਾਂ 'ਚ ਦਫ਼ਤਰ ਦੇ PRO ਯਾਨੀ ਪਬਲਿਕ ਰਿਲੇਸ਼ਨ ਆਫਿਸਰ ਪਵਨ ਮਨਚੰਦਾ ਨੇ ਕੱਲ੍ਹ ਸ਼ਾਮ ਉਚੇਚੀ ਪਾਰਟੀ ਦਿੱਤੀ ਸੀ ਪ੍ਰੈਸ ਵਾਲਿਆਂ ਨੂੰ ਤਾਜ ਵਿੱਚ ਇਸ ਤਰ੍ਹਾਂ ਦਾ ਕੁਝ ਖੂਨ ਖਰਾਬਾ ਮੌਤ ਵੌਤ ਕਿਸੇ ਵੀ ਦਫ਼ਤਰ ਵਾਸਤੇ ਬੜੀ ਨਮੋਸ਼ੀ ਦੀ ਗੱਲ ਸੀ ਅਤੇ ਪਵਨ ਮਨਚੰਦਾ ਦਾ ਤਾਂ ਕੰਮ ਹੀ ਇਹ ਸੀ ਹਰ ਨਮੋਸ਼ੀ ਨੂੰ ਨੇਕਨਾਮੀ 'ਚ ਤਬਦੀਲ ਕਰ ਦੇ ਛੂ ਮੰਤਰ ਨਾਲ ਜੈ ਕਾਲੀ ਕਲਕੱਤੇ ਵਾਲੀ ਤੇਰਾ ਜਾਦੂ ਨਾ ਜਾਵੇ ਖਾਲੀ ਸੋ ਰਾਮ ਲਾਲ ਦੀ ਖੁਦਕੁਸ਼ੀ ਦੀ ਖਬਰ ਲੱਖ ਦਬਾਉਣ ਨਾਲ ਵੀ ਜਦੋਂ ਨਾ ਦੱਬੀ ਤਾਂ ਪਵਨ ਮਨਚੰਦਾ ਨੂੰ ਮਿਊਂਸਪਲ ਕਮਿਸ਼ਨਰ ਨੇ ਤਲਬ ਕੀਤਾ ਇਹ ਕੀ ਹੋ ਰਿਹਾ ਬਈ ਵੈਸੇ ਕੌਣ ਸੀ ਇਹ ਰਾਮ ਲਾਲ ਪ੍ਰੈਸ ਵਾਲਿਆਂ ਕੰਬਖਤਾਂ ਨੂੰ ਇਹ ਖਬਰ ਕਿਸ ਤਰ੍ਹਾਂ ਹੋ ਗਈ
ਤੇਰੇ ਹੁੰਦਿਆਂ 6 ਟੈਲੀਫੋਨ ਆ ਚੁੱਕੇ ਨੇ। ਪਵਨ ਮਨਚੰਦਾ ਨੇ ਆਪਣੇ ਚਿਕਨੇ ਚਿਹਰੇ 'ਤੇ ਇੱਕ ਚਿਕਨੀ ਮੱਖਣੀ ਮੁਸਕਰਾਹਟ ਚੋਪੜੀ। ਸਰ, ਉਹਦੀ ਲਾਸ਼ ਜਦ ਸ਼ਰੇਆਮ ਹੇਠਲੇ ਵਿਹੜੇ 'ਚ ਆ ਡਿੱਗੀ ਤਾਂ ਕਿਸ ਤਰ੍ਹਾਂ ਖੁਰਦ ਬੁਰਦ ਕਰ ਦਿੰਦਾ ਮੈਂ? ਉਹ ਮੈਨੂੰ ਕੁਛ ਪਤਾ ਨਹੀਂ, ਪਰ ਲਾਸ਼ ਨਹੀਂ ਤਾਂ ਕਮ ਅਜ਼ ਕਮ ਖਬਰ ਤਾਂ ਖੁਰਦ ਬੁਰਦ ਕੀਤੀ ਜਾ ਸਕਦੀ। ਮਿਊਂਸਪਲ ਕਮਿਸ਼ਨਰ ਸਾਹਿਬ ਦੇ ਤੇਵਰਾਂ 'ਤੇ ਤਿਊੜੀਆਂ ਨੂੰ ਅੱਜ ਕੋਈ ਮੱਖਣ ਚੋਪੜੀ ਮੁਸਕਰਾਹਟ ਨਹੀਂ ਸੀ ਪਹੁੰਚ ਸਕਦੀ। ਖੈਰ, ਦੋਹਾਂ ਦਾ ਇੱਕ ਗੱਲ ਨਾਲ ਜ਼ਰੂਰ ਸਮਝੌਤਾ ਸੀ ਕਿ ਹਰਾਮੀ ਅਖਬਾਰਾਂ ਵਾਲੇ ਬੜੇ ਨਮਕ ਹਰਾਮ ਹੁੰਦੇ ਨੇ, ਰਤਾ ਲਿਹਾਜ਼ ਨਹੀਂ ਇਹਨਾਂ ਨੂੰ। ਪਵਨ ਮਨਚੰਦਾ ਨੇ ਸਭ ਤੋਂ ਪਹਿਲਾਂ ਰਾਮ ਲਾਲ ਦੀ ਖੁਦਕੁਸ਼ੀ ਦਾ ਖੁਰਾ ਉਹਦੇ ਆਪਣੇ ਹੀ ਘਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਅਰੇ ਬਈ, ਕੁਝ ਵੀ ਹੋ ਸਕਦਾ, ਰਾਮ ਲਾਲ ਦੀ ਬੀਵੀ ਕਿਸੇ ਹੋਰ ਨਾਲ ਫਸੀ ਹੋ ਸਕਦੀ ਹੈ, ਰਾਮ ਲਾਲ ਦੀ ਕੁਆਰੀ ਧੀ ਗਰਭਵਤੀ ਹੋ ਸਕਦੀ ਹੈ, ਰਾਮ ਲਾਲ ਦਾ ਪੁੱਤਰ ਕਿਸੇ ਡਾਕੇ 'ਚ ਗ੍ਰਿਫਤਾਰ ਹੋ ਸਕਦਾ, ਨਹੀਂ? ਪਰ ਸਾਰੀ ਖੋਜ ਖਬਰ ਦਾ ਕੋਈ ਫਾਇਦਾ ਨਹੀਂ ਹੋਇਆ। ਰਾਮ ਲਾਲ ਦੀ ਫਟੀ ਧੋਤੀ ਅਤੇ 35 ਦੀ ਉਮਰੇ 50 ਦੀ ਦੱਸਣ ਵਾਲੀ ਬੀਵੀ ਕਿਸੇ ਨਾਲ ਕੀ ਫਸੇਗੀ? ਰਾਮ ਲਾਲ ਦੀ ਧੀ ਅਜੇ 6.5 ਵਰਿਆਂ ਦੀ ਸੀ, ਸੋ ਨਾ ਗਰਭਵਤੀ ਹੋ ਸਕਦੀ ਸੀ ਅਤੇ ਨਾ ਕਿਸੇ ਨਾਲ ਉਧੜ ਸਕਦੀ ਸੀ। ਅਤੇ ਰਾਮ ਲਾਲ ਦੇ ਦੋ ਮੁੰਡੇ 6ਵੀਂ ਅਤੇ 7ਵੀਂ ਜਮਾਤ 'ਚ ਪੜ੍ਹਦੇ ਸੀ, ਜੋ ਡਾਕਾ ਨਹੀਂ ਸੀ ਮਾਰ ਸਕਦੇ। ਨਾਲੇ ਜਨਾਬ, ਇੱਕ ਕੰਗਲਿਆਂ ਦੇ ਪੁੱਤਰ ਕੀ ਖਾ ਕੇ ਡਾਕਾ ਮਾਰਨਗੇ? ਉਹ ਤਾਂ ਵੱਡੇ ਵੱਡੇ ਰਈਸਾਂ ਦੇ ਜਾਂ ਮਿਨਿਸਟਰਾਂ ਦੇ ਪੁੱਤਰਾਂ ਦਾ ਹੀ ਜੱਦੀ ਹੱਕ ਹੈ। ਪਰ ਹੁਣ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਸੀ। ਪਵਨ ਮਨਚੰਦਾ ਨੂੰ ਤਨਖਾਹ ਹੀ ਇਸੇ ਗੱਲ ਦੀ ਮਿਲਦੀ ਸੀ, ਸੋ ਸਾਰੇ ਦਫ਼ਤਰ ਵਿੱਚ ਉੱਤੋਂ ਹੇਠਾਂ ਤੱਕ ਅਤੇ ਫਿਰ ਹੇਠੋਂ ਉੱਤੇ ਤੱਕ ਇੱਕ ਕਾਗਜ਼ ਤੋਰਿਆ ਗਿਆ, ਬਾਕਾਇਦਾ ਫਾਈਲਾਂ 'ਚ ਨੱਥੀ ਹੋ ਕੇ ਪੁਰਾਣੀਆਂ ਤਰੀਕਾਂ 'ਚ ਸ਼ਿਕਾਇਤ ਕਿਸੇ ਭਾਰਦਵਾਜ ਦੀ। ਕਾਲ ਵਿੱਚ ਇਹੀ ਨਾ ਸੁਝਿਆ ਕਿ ਪਵਨ ਮਨਚੰਦਾ ਨੂੰ, ਕਿਉਂਕਿ ਅੱਜ ਕੱਲ੍ਹ ਕਿਸੇ ਭਾਰਦਵਾਜ ਦੀ ਕੁੜੀ ਨਾਲ ਉਹਦੇ ਵਿਆਹ ਦੀ ਗੱਲਬਾਤ ਚੱਲ ਰਹੀ ਸੀ, ਕਿ ਰਾਮ ਲਾਲ ਨੇ ਪ੍ਰੋਪਰਟੀ ਟੈਕਸ ਵਿੱਚ ਹੇਰ ਫੇਰ ਕਰਨ ਲਈ ਉਹਨਾਂ ਕੋਲੋਂ 400 ਰੁਪਏ ਰਿਸ਼ਵਤ ਮੰਗੀ ਹੈ। ਅਤੇ ਫਿਰ ਪੂਰਾ ਕੇਸ ਤਿਆਰ ਹੋਇਆ, ਰਿਸ਼ਵਤ ਲੈਂਦਿਆਂ ਰਾਮ ਲਾਲ ਦਾ ਰੰਗੇ ਹੱਥ ਫੜਿਆ ਜਾਣਾ, ਕਿਉਂਕਿ ਸਾਹਿਬਾਨ ਰੰਗੇ ਹੱਥ ਸਿਰਫ ਕਲਰਕ ਅਤੇ ਚਪੜਾਸੀ ਫੜੇ ਜਾਂਦੇ ਨੇ, ਅਤੇ ਛੋਟੇ ਮੋਟੇ ਅਫਸਰ ਜਿਨ੍ਹਾਂ ਦੀ ਉਤਲਿਆਂ ਨਾਲ ਨਾ ਬਣਦੀ ਹੋਵੇ। ਇਸ ਮੁਲਕ ਦਾ ਪਿਛਲੇ 36 ਸਾਲਾਂ ਦਾ ਇਤਿਹਾਸ ਗਵਾਹ ਹੈ। ਚਾਰਜਸ਼ੀਟ, ਸਸਪੈਂਸ਼ਨ ਦੇ ਆਰਡਰ, ਜਿਹੜੇ ਦਸਤਖਤ ਹੋਣ ਲਈ ਕਿਸੇ ਕੌਂਸਲਰ ਦੇ ਮੇਜ਼ 'ਤੇ ਹੀ ਪਏ ਸਨ, ਹੁਣ ਸਸਪੈਂਸ਼ਨ ਦੇ ਆਰਡਰ ਦਫ਼ਤਰ 'ਚ ਚਹਿਲਕਦਮੀ ਕਰ ਰਹੇ ਹੋਣ ਤਾਂ ਕਨਸੋ ਮਿਲ ਹੀ ਜਾਂਦੀ ਹੈ ਬੰਦੇ ਨੂੰ। ਸੋ ਰਾਮ ਲਾਲ ਨੂੰ ਵੀ ਉਹਨਾਂ ਦੀ ਭਿਣਕ ਪੈ ਗਈ। ਨਮੋਸ਼ੀ ਤੋਂ ਡਰਦਿਆਂ ਰਾਮ ਲਾਲ ਨੇ ਆਤਮ ਹੱਤਿਆ ਕਰ ਲਈ। ਪੂਰੀ ਕਹਾਣੀ ਹਿੰਦੀ ਫਿਲਮਾਂ ਦੇ ਰਾਈਟਰ ਜਿਸ ਤਰ੍ਹਾਂ ਘੜਦੇ ਨੇ ਉਸੇ ਤਰ੍ਹਾਂ। ਲੋਡੇ ਵੇਲੇ ਤੱਕ ਸਾਰੀ ਕਾਰਵਾਈ ਦਰੁਸਤ ਕਰਕੇ ਪਵਨ ਮਨਚੰਦਾ ਨੇ ਜਾ ਰਿਪੋਰਟ ਦਿੱਤੀ ਮਿਊਂਸਪਲ ਕਮਿਸ਼ਨਰ ਸਾਹਿਬ ਨੂੰ, ਅਤੇ ਇਸ ਤਰ੍ਹਾਂ ਰਾਮ ਲਾਲ ਦੀ ਲਾਸ਼ ਦੇ ਗਲੇ ਵਿੱਚ, ਜਿਹੜੀ ਅਜੇ ਪੋਸਟਮਾਰਟਮ ਦੇ ਮੇਜ਼ 'ਤੇ ਡਾਕਟਰਾਂ ਦੀਆਂ ਛੁਰੀਆਂ ਚਾਕੂਆਂ ਦੇ ਹੇਠਾਂ ਤਰਾਸ਼ੀ ਜਾ ਰਹੀ ਸੀ, ਬੇਈਮਾਨੀ ਦਾ ਪਟਾ ਪਾ ਦਿੱਤਾ ਗਿਆ। ਅਤੇ ਲਾਸ਼ ਦੇ ਢਿੱਡ ਵਿੱਚੋਂ ਪਹਿਲੀਆਂ ਕਈ ਰਿਸ਼ਵਤਾਂ ਦੇ ਨੋਟ ਜਿਹੜੇ ਫੜੇ ਨਹੀਂ ਸਨ ਗਏ, ਅਤੇ ਰਾਮ ਲਾਲ ਜਿਨ੍ਹਾਂ ਨੂੰ ਚੁੱਪ ਚਾਪ ਕਿਸੇ ਜੰਗਲ ਵੇਲੇ 'ਚ ਅੱਧੀਆਂ ਅੱਖਾਂ ਮੀਟ ਕੇ ਚੜਦਾ ਰਿਹਾ ਸੀ, ਬਕੌਲ ਪਵਨ ਮਨਚੰਦਾ ਦੀਆਂ ਫਾਈਲਾਂ ਦੇ ਲੱਭ ਕੇ ਭੂਸੇ ਵਾਂਗੂ ਢਿੱਡ ਦੇ ਬੋਰੇ 'ਚ ਭਰ ਕੇ ਲਾਸ਼ ਸੀ ਦਿੱਤੀ ਗਈ। ਪੋਸਟਮਾਰਟਮ ਦੇ ਕਮਰੇ ਦੇ ਬਾਹਰ ਰਾਮ ਲਾਲ ਦੀ ਫਟੇ ਹਾਲ ਬੀਵੀ ਅਤੇ 3 ਜੀ ਭਿਆਣੇ ਬੱਚੇ ਬੈਠੇ ਸਨ, ਹੈਰਾਨ ਢੇਰੀਆਂ ਢਾਹ ਕੇ। ਨਾਲ 2-4 ਬੁੱਢੇ ਢੇਰੇ, ਆਂਢੀ ਗੁਆਂਢੀ, ਗਲੀ ਦੀਆਂ 2-4 ਤੀਵੀਆਂ, 2-4 ਰਿਸ਼ਤੇਦਾਰ ਹਨੇਰੇ 'ਚ ਉੱਡ ਆਏ। ਕੱਖਾਂ ਦੀ ਇੱਕ ਛੋਟੀ ਜਿਹੀ ਬਦੇਵਾਸ ਢੇਰੀ। ਜ਼ਾਹਿਰ ਹੈ ਕਿ ਰਾਮ ਲਾਲ ਦੇ ਆਂਢੀ ਗੁਆਂਢੀ ਅਤੇ ਰਿਸ਼ਤੇਦਾਰ ਉਸੇ ਵਾਂਗੂ ਕਲਾਸ 3 ਦੇ ਕਲਾਸ 4 ਦੇ ਅਫਸਰ ਹੀ ਹੋਣਗੇ, ਅਤੇ ਜਾਂ ਨਿੱਕੀਆਂ ਕਰੋਲ ਬਾਗੀ ਦੁਕਾਨਾਂ ਦੇ ਸੇਲਜ਼ਮੈਨ, ਫੇਰੀ ਵਾਲੇ, ਛੋਟੇ ਮੋਟੇ ਧੰਦੇ ਕਰਨ ਵਾਲੇ ਲੋਕ। ਇਹ ਲੋਕ ਤੁਹਾਨੂੰ ਪਤਾ ਹੀ ਹੈ ਕਿ ਨਿਹਾਇਤ ਖੁਦਗਰਜ਼ ਹੁੰਦੇ ਨੇ। ਇਹਨਾਂ ਨੂੰ ਇਹੀ ਫਿਕਰ ਪਿਆ ਰਹਿੰਦਾ ਹੈ ਕਿ ਜੇ ਦਿਹਾੜੀ ਟੁੱਟ ਗਈ ਤਾਂ ਰਾਤੀ ਚੁੱਲ੍ਹਾ ਨਹੀਂ ਬਲੇਗਾ। ਨੌਕਰੀ ਪੇਸ਼ਾ ਲੋਕ ਆਪਣੀ ਕੈਜੂਅਲ ਲੀਵ ਗਿਣਨ ਦੇ ਚੱਕਰ 'ਚ ਪਏ ਰਹਿੰਦੇ ਨੇ, ਅਤੇ ਆਪਣੇ ਆਪ ਨੂੰ ਲਾਸ਼ ਹੋਣੋਂ ਬਚਾਉਂਦੇ ਦੂਜੇ ਦੀਆਂ ਲਾਸ਼ਾਂ ਵੱਲ ਬੜੇ ਬੇਮੁਰੱਵਤ ਹੋ ਜਾਂਦੇ ਨੇ। ਸੋ ਰਾਮ ਲਾਲ ਦਾ ਜੇ ਰਾਤ ਤੱਕ ਸੰਸਕਾਰ ਨਾ ਹੋ ਗਿਆ ਤਾਂ ਇਹ ਲੋਕ ਰਾਤੀ 2 ਘੜੀਆਂ ਲਾਸ਼ ਕੋਲ ਬਹਿ ਕੇ ਆਪਣਾ ਹਮਸਾਈਗੀ ਦਾ ਫਰਜ਼ ਪੂਰਾ ਕਰ ਲੈਣਗੇ, ਅਤੇ ਜੇ ਹੋ ਗਿਆ ਤਾਂ ਉਹਦੀ ਬੀਵੀ ਨੂੰ ਪਰਚਾ ਆਉਣਗੇ। ਹੋਰ ਕਰ ਵੀ ਕੀ ਸਕਦਾ ਕੋਈ? ਉਸ ਸ਼ਾਮ ਦੀ ਜਦੋਂ ਤਰਕਾਲ ਢਲੀ ਅਤੇ ਰਾਮ ਲਾਲ ਦੀ ਲਾਸ਼ ਸ਼ਮਸ਼ਾਨ ਘਾਟ ਪਹੁੰਚੀ ਤਾਂ ਪਵਨ ਮਨਚੰਦਾ ਤਾਜ ਦੇ ਇੱਕ ਸੂਟ ਵਿੱਚ ਅਖਬਾਰੀ ਲੋਕਾਂ ਨੂੰ ਸਕੌਚ ਪਿਆ ਰਿਹਾ ਸੀ। ਉਂਝ ਅਖਬਾਰੀ ਲੋਕਾਂ ਨੂੰ ਹਮੇਸ਼ਾ ਨਹੀਂ ਸੀ ਪਿਆਈ ਜਾਂਦੀ,
सिर्फ उदों जदों कोई बहुत वड्डा स्कैंडल हो जाए तो उस स्कैंडल की स्याही के दाग उत्ते कोई तेज रौ चीज़ डोल के उस दाग की स्याही नूं पिंगलाउणा होवे, काली रंगत नूं हल्कियां करना होवे, उदों मन पवन मनचंदा दे सब लोग स्कॉच ते ताज सैक्शन कर देंदे ने। इस तर्जे अमल नूं स्कैंडल की खबर के नशर होने की स्पैशल थैली वाटर डाउन किया जाता है। स्कैंडल का भी तो स्कैंडल की खबर का भी तो पवन मनचंदा की स्पैशलिटी खासल खास गुण तो इस स्पैशलिटी की बदौलत पवन मनचंदा इस PRO की नौकरी से तैनात से अखबारों के वड्डे वड्डे खब्बी खाना मिलता से दोस्ती रखता से। हुण जिस किस्म की दोस्ती विच कोई धांधली नहीं हुंदी, दोहां धिरां नूं पता हुंदा है कि उहनां नूं किवें बनाउण दी कोशिश कीती जा रही है, ते दोवें धिरां अपने आप नूं नहीं सिर्फ दूजे नूं ही गलत बणिया समझदियां ने। अखबार वाले दिल विच इही सोच के हसी जांदे ने कि PRO तवायफ दा पेशा कर रहा है, ते PRO मन च यही सोच के खुश हो जांदा है कि ये हज़ार तनखाह लैण वाले साले रिपोर्टर अपनी जेब विचों तो साला ठर्रा भी नहीं पी सकते तो हुण स्कॉच पी के अपनी कलम की तवाइफी ते ऐश कर रहे हैं। पर रंडी नूं रंडी कौन कहेगा जी। सो दोवें धिरां दूजी की तवाइफी का पास ते पाज रखी जांदियां ने क्योंकि यही दस्तूर है शाइस्तगी का ते सिलसिला चलता रहिंदा है। तो हर PRO नूं पता हुंदा है कि ये साले अखबार चू मुफ्त की शराब इन्नी पी लैणगे ते मुफ्त के कबाब इन्ने खा लैणगे कि मुड़ के दफ्तर जाण जोगे नहीं रहणगे, घर जां लुढ़क जाणगे ते अद्धी राती जदों शराब की बेहोशी तो रता उरां आएगी नशा जे इन्ना नहीं उतरिया होएगा कि अपनी बीवी के जिसम चों गंढियां दी ते मसालियां दी ते पसीने की बो सूंघ सकन तां उहनूं हेमा मालिनी जां पद्मिनी कोल्हापुरी समझ के उहदे नाल हम बिस्तरी करनगे तां विचारी खबर का की बनेगा। पर किहड़ी ऐसी समस्या जिहदा हल ना होवे। सो खबर ते एम्बारगो लगा दिता जांदा है, ये खबर कल तो पहला प्रेस च नहीं जाएगी, सारे रजामंद हो जाते हैं तो स्टोरियां बोझे च पा के घर लै जाते हैं अगले दिन न्यूज़ एडिटर नूं पेश करन लई। आखिर हर बंदे का कोई कायदा कानून हुंदा है, होर ते होर कोठियां का भी अपना अदब अदाब हुंदा है। सो पवन मनचंदा ने भी स्टोरी ते एम्बारगो लगा दिता। इस तरह राम लाल की लाश नूं अपनी रिश्वत की कहानी पता लगती लगती रह गई। बाकी रही गल आत्मा की, जिहड़े कहिंदे ने आस पास ही भटकती रहिंदी है कुछ दिन, सो आत्मा तो हवा हुंदी है, तो हवा किहड़ी हवा हुंदी है कि खा जाएगी। सो राम लाल की खुदकुशी तो तीजे दिन अखबारां च खबर सी कि राम लाल कलर्क नूं चार्जशीट किया गया सी ते सस्पेंशन दे आर्डर होने वाले सन। सो नमोशी तो डरदे उन्हें आत्महत्या कर ली। इन्हां दो दिनां च राम लाल की बेवा का कलेजा जहर जाहिर है कि डुबदा रहा सी। बच्चे लुट्टे पुट्टे बैठे सन ते गुआंढियां दी लियांदी रोटी खा रहे सन। यह सब उच्चे तबके दे लोकां च नहीं हुंदा। मौत वाले घर च सन्नाटा तां हुंदा है पर रसोई च चुल्हा ठंडा नहीं हुंदा क्योंकि नौकरां ने आया ने ड्राइवरां ने तां चाह भी पीणी हुंदी है ते रोटी भी खाणी हुंदी है। सो चाह दी केतली भी उबलदी रहिंदी है, रोटी भी पकदी रहिंदी है ते वड्डे लोकां दा गम क्योंकि शाइस्ता हुंदा है इस करके अफसोस करन आए लोकां नूं भी चाह पियाई जांदी है ते घर दे नौकर ही इसरार करके बाकी जिउंदे बच के लोकां नूं खुआ पिया दिंदे ने। बहुत छोटे हेठले तबकियां विच भी कोई समस्या नहीं हुंदी क्योंकि उत्थे तां उंज ही चुल्हा आम तौर ते ठंडा ही रहिंदा है ते घर च वरे च 364 दिन गमी छाई रहिंदी है मातम। परे विचकारला तबका खास करके विचकारले तबके की ढकी हुई काढ़नी दा वल्ला जिहड़ा आम तौर ते जाते धुआंखिया रहिंदा है जां खुरच खुरच के साफ हुंदा रहिंदा है, इस थल्ले विच वसण वाले धुआंखे हुए ते खुरचे हुए लोकां नूं गमी दे मौके ते गुआंढी रोटी खवाउंदे ने। तीजे दिन जदों अखबार च राम लाल दा कच्चा चिट्ठा छपिया तां जाहिर है राम लाल दी बेवा नूं सवेरे सवेरे उहदी कोई खबर नहीं लगी क्योंकि जिन्हां घरां च रोटी पूरी नहीं हुंदी उहनां घरां च अखबार वर्गी फजूल खर्ची नहीं कीती जांदी। ਇਹ ਲੋਕ ਸਿਰਫ ਉਹ ਖਬਰਾਂ ਸੁਣਦੇ ਨੇ ਜਿਨ੍ਹਾਂ ਨੂੰ ਪਰ ਲੱਗੇ ਹੋਣ, ਯਾਨੀ ਉੜਦੀਆਂ ਉੜਦੀਆਂ ਖਬਰਾਂ, ਅਤੇ ਉੜਦੀਆਂ ਉੜਦੀਆਂ ਖਬਰਾਂ ਸਿਰਫ ਮੁਹੱਲੇ ਦੀਆਂ ਕੁੜੀਆਂ ਮੁੰਡਿਆਂ ਦੀਆਂ ਹੁੰਦੀਆਂ ਨੇ, ਵਿਗੜੇ ਹੋਏ ਖਾਵੰਦਾਂ ਅਤੇ ਭੜਭੂੰਜੀਆਂ ਸੱਸਾਂ ਦੀਆਂ ਹੁੰਦੀਆਂ ਨੇ।
क्योंकि ये लोग अपने बचे खुचे वक्त का 3/4 हिस्सा गुआंढियां दे घर वापरन वालियां घटनावां दी खबरगिरी रखन च खर्च करते हैं। महल्ले तो बाहर निकले तो शहर विच डाकियां दियां भयानक एक्सीडेंटां दियां दुर्घटनावां दियां खबरां ही हुंदियां ने। नैशनल लैवल ते इहो जिहियां खबरां कि इंदिरा अपने पुत्र की मौत ते रोई ने, इंदिरा गांधी ने मेनका नूं घरों कढ दित्ता है, राजीव गांधी पहलों हवाई जहाज़ उडांदा सी ते हुण मुल्क की पतंग उडा रहा वगैरह। उंज सोचा जाए तो होर खबरां दा आचार पाउणा हुंदा किसे ने। ब्रिजनेव ने रीगल नूं की तार घल्ली है, यूरोपियन इकनोमिक कमेटी की बैठक च की फैसले हुए ने, अंकटाड ने की गुल खिलाए ने, नॉन अलाइंड कॉन्फ्रेंस की बुलाए, अमरीका च केड़े केड़े छोटे मुल्कां नूं यानी चूजियां नूं पंजियां हेठां दबा रहा है, स्पेन च लाल सरकार बनी है कि काली, केड़े मुल्क च सरकार दा तख्ता उलटाण दी साजिश हो रही है ते किस तरह दबाई जा रही है। ना सब खबरां नाल किसे दा की बनदा रहिंदा है कि नहीं। भावें अजकल दा युग अखबार संस्कृति दा युग है, पर राम लाल दी बेवा इस रुड़ गई फैशन दी संस्कृति तो कोरी सी, इसे करके तो गरीबी च ही राजी सी। रोज़ सवेरे उठ के ते राती सौण लग्या भगवान दी मूर्ति अगे मत्था टेकदी सी। भावें फुल भी महंगे ने ते अगरबत्तियां भी, फिर भी खास खास दिनां ते यानी शिवरात्रि ते कृष्ण अष्टमी वाले दिन राम लाल सवेरे दुध लैण गया पार्क विच 2-4 डिग्गे पए फुल चुग लिआउंदा सी ते अगरबत्ती बाल के भगवान दा हैप्पी बर्थडे मना लिया जांदा सी। मज़े करवा दित्ते जांदे सन भगवान दे। पर राम लाल दी खुदकुशी दी अंदरूनी खबर बाकी लोगों लिए उस तरह की लूण मिर्ची खबर सी, जिस तरह दबर इस तबके के लोगों के बनेरिया उड़दिया उड़दिया आई बहदिया ने। सो दोपहर होंदिया होंदिया एक खबर राम लाल की बेवा की कन्नी आ पी। झूठ है सरासर झूठ, घर तो भंग भुजती रही सी, मसा खिच धरू के मैं महीना पार करती सी। रिश्वत लैन वाले होंगे साढ़े बाऊ जी, तो बच्चे इस तरह ना रुलते, अच घर चार छिलड़ होंगे इन्हों यतीमां का बेड़ा पार करने, ਉਹ ਦੱਥੜ ਮਾਰ ਮਾਰ ਕੇ ਪਿੱਟ ਰਹੀ ਸੀ, ਪਿੱਟ ਪਿੱਟ ਕੇ ਨੀਲੀ ਹੋ ਰਹੀ ਸੀ। ਪਰ ਅੱਧੀ ਰਾਤੀ ਜਦੋਂ ਉਹਨੂੰ ਆਪਣੀ ਪਿੱਠ ਹੇਠਲੀ ਫਰਸ਼ ਵਿੱਚੋਂ ਚੰਗਿਆੜੇ ਨਿਕਲਦੇ ਜਾਪ ਰਹੇ ਸਨ, ਚਾਨਚੱਕ ਉਹਨੂੰ ਖਿਆਲ ਆਇਆ ਕਿ ਉਂਝ ਬਾਊ ਜੀ ਹੈਨ ਤਾਂ ਚੁੱਪ ਚੁਪੀਤੇ ਹੀ ਸਨ, ਹਰ ਵੇਲੇ ਗੁਆਚੇ ਗੁਆਚੇ ਜੇ। ਮੈਂ ਤਾਂ ਇਹੀ ਸੋਚਦੀ ਸੀ ਕਿ ਥੋੜ੍ਹੀ ਤਨਖਾਹ 'ਚ ਕਬੀਲਦਾਰੀ ਤੋਰਨ ਦੀ ਚਿੰਤਾ 'ਚ ਡੁੱਬੇ ਰਹਿੰਦੇ ਨੇ, ਪਰ ਜੇ ਇਹ ਉਤਲੀ ਆਮਦਨ ਹੈ ਹੀ ਸੀ ਤਾਂ ਉਹਨਾਂ ਦੀ, ਅਤੇ ਉਹਨੂੰ ਘਰ ਨਹੀਂ ਸੀ ਲਿਆਉਂਦੇ ਤਾਂ ਕੀ ਪਤਾ ਕੋਈ ਹੋਰ ਮੇਰੀ ਸੌਂਕਣੀ ਕਿਤੇ ਹੋਵੇ ਰੱਖੀ ਹੋਈ, ਇਹਨਾਂ ਮਰਦਾਂ ਦੀ ਜ਼ਾਤ ਦਾ ਕੀ ਵਸਾ। ਅਤੇ ਇੰਜ ਸਾਹਿਬ ਉਹ ਆਦਮੀ ਜਿਹੜਾ ਸਿਰਫ 1/4 ਆਦਮੀ ਸੀ ਅਤੇ 3/4 ਬੈਲ ਸੀ, ਕਿਉਂਕਿ ਕਲਰਕ ਦੀ ਜੂਨ 'ਚ ਪਿਆ ਹੋਇਆ ਸੀ, ਅਤੇ ਜਿਹਦਾ ਨਾਂ ਰਾਮ ਲਾਲ ਸੀ, ਉਹਦੀ ਚਿਖਾ ਦੇ ਠੰਡਿਆਂ ਹੁੰਦਿਆਂ ਹੁੰਦਿਆਂ ਉਹਦੀ ਸ਼ਾਖ ਇਸ ਧਰਤੀ 'ਤੇ ਬਿਲਕੁਲ ਖਤਮ ਹੋ ਚੁੱਕੀ ਸੀ। ਮੂਰਖ ਆਦਮੀ ਸਾਰੀ ਉਮਰ ਇਹੀ ਸਮਝਦਾ ਰਿਹਾ ਕਿ ਕੀ ਹੋਇਆ ਜੇ ਉਹ ਭੁੱਖਾ ਮਰ ਰਿਹਾ, ਕੀ ਹੋਇਆ ਜੇ ਉਹਦੀਆਂ ਜੁੱਤੀਆਂ ਦੇ ਥੱਲਿਆਂ 'ਚ ਮੋਰੀਆਂ ਨੇ, ਕੀ ਹੋਇਆ ਜੇ ਉਹਦੇ ਬੱਚੇ ਫਟੇ ਹਾਲ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਨੇ। ਉਹਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਮਾਈ ਉਹਦੀ ਨੇਕ ਨੀਅਤ ਇਮਾਨਦਾਰੀ ਹੈ। ਬੱਚਿਆਂ ਦੇ ਢਿੱਡ 'ਚ ਰੋਟੀ ਹੋਵੇ, ਉਹ ਸਿਰ ਉੱਚਾ ਚੁੱਕ ਕੇ ਤੁਰ ਸਕਦੇ ਨੇ ਕਿ ਉਹ ਇੱਕ ਇਮਾਨਦਾਰ ਮਿਹਨਤਕਸ਼ ਬਾਪ ਦੇ ਬੱਚੇ ਨੇ। ਮੂਰਖ ਆਦਮੀ ਹਰ ਆਦਮੀ ਵਾਂਗੂ ਪੈਦਾਇਸ਼ੀ ਮੂਰਖ, ਭੁੱਲ ਗਿਆ ਕਿ ਗਰੀਬੀ ਅਤੇ ਮੂਰਖਤਾ ਦੀ ਜਨਮ ਜਾਤ ਸਾਂਝ ਹੈ, ਅਤੇ ਗਰੀਬ ਆਦਮੀ ਸਿਰਫ ਇੱਕੋ ਹੀ ਕੰਮ ਕਰ ਸਕਦਾ ਹੈ, ਜਾਂ ਤਾਂ ਆਪਣਾ ਹੱਕ ਖੋ ਲਵੇ ਜਾਂ ਠੱਗ ਲਵੇ। ਜੇ ਇਹਨਾਂ ਦੋਹਾਂ 'ਚੋਂ ਇੱਕ ਕੰਮ ਵੀ ਨਾ ਕਰ ਸਕੇ ਤਾਂ ਖੁਦ ਠੱਗਿਆ ਜਾਏਗਾ, ਅਤੇ ਰਾਮ ਲਾਲ ਨਾਲ ਸਭ ਤੋਂ ਵੱਡੀ ਠੱਗੀ ਉਹਦੇ ਮਰਨ ਮਗਰੋਂ ਹੋਈ। ਉਂਝ ਠੱਗੇ ਜਾਣ ਦਾ ਅਹਿਸਾਸ ਸੀ ਕਿ ਜਿਹਨੇ ਉਹਦੇ ਕੋਲੋਂ ਖੁਦਕਸ਼ੀ ਕਰਵਾਈ। ਤੁਸੀਂ ਪੁੱਛੋਗੇ ਜਿਹੜੀ ਗੱਲ ਦਾ ਉਹਨੂੰ ਉਹਦੀ ਬੀਵੀ ਨੂੰ ਇੰਨੇ ਵਰੇ ਉਹਦੇ ਨਾਲ ਰਹਿਣ ਮਗਰੋਂ ਵੀ ਪਤਾ ਨਾ ਲੱਗਾ, ਜਿਸ ਗੱਲ ਦਾ ਉਹਦੇ ਦਫ਼ਤਰ 'ਚ ਉਹਦੇ ਨਾਲ ਵਰ੍ਹਿਆਂ ਤੋਂ ਕੰਮ ਕਰਨ ਵਾਲੇ ਅਤੇ ਦੁਪਹਿਰੇ ਅਲਮੀਨੀਅਮ ਦੇ ਡੱਬੇ ਖੋਲ੍ਹ ਕੇ ਆਲੂਆਂ ਦੀ ਭੁੱਜੀ ਹੋਈ ਭੁਰਜੀ ਅਤੇ ਰੋਟੀ ਖਾਣ ਵਾਲੇ ਅਤੇ ਕੜਕ ਚਾਹ ਪੀਣ ਵਾਲੇ ਉਹਦੇ ਵਰਗੇ ਹੀ ਕਲਾਸ 3 ਦੇ ਬਾਬੂਆਂ ਨੂੰ ਪਤਾ ਨਾ ਲੱਗਿਆ ਉਹਦੀ ਖਬਰ ਤੈਨੂੰ ਕਿਸ ਤਰ੍ਹਾਂ ਹੋ ਗਈ। ਸੋ ਸਾਹਿਬ ਇਹ ਰਾਜ ਦੀ ਗੱਲ ਹੈ, ਇਹ ਆਪਣਾ ਟ੍ਰੇਡ ਸੀਕ੍ਰੇਟ ਹੈ, ਜੇ ਤੁਹਾਨੂੰ ਦੱਸਦੇ ਹਾਂ ਤਾਂ ਤੁਸੀਂ ਸਾਰੇ ਅਫਸਾਨਾ ਨਿਗਾਰ ਬਣ ਜਾਓਗੇ, ਅਤੇ ਇਸ ਖਾਕਸਾਰ ਦੀ ਰੋਜ਼ੀ ਰੋਟੀ ਕਿਸ ਤਰ੍ਹਾਂ ਪੂਰੀ ਹੋਏਗੀ। ਹੋਇਆ ਇਹ ਕਿ ਰਾਮ ਲਾਲ ਦੀ ਬਦਲੀ ਹੋਈ ਅਤੇ ਉਹਨੂੰ ਪਬਲਿਕ ਵਰਕਸ ਦੇ ਪ੍ਰਿੰਸੀਪਲ ਕਾਊਂਸਲਰ ਦਾ PA ਬਣਾ ਦਿੱਤਾ ਗਿਆ। PA ਸਮਝਦੇ ਹੋ ਨਾ, ਪਰਸਨਲ ਅਸਿਸਟੈਂਟ। ਬਲਦ ਨੇ ਤਾਂ ਪੱਠੇ ਖਾਣੇ ਹੁੰਦੇ ਨੇ, ਭਾਵੇਂ ਉਹ ਸਾਈਆਂ ਦੇ ਕਿੱਲੇ 'ਤੇ ਬੱਝਾ ਰਹੇ ਅਤੇ ਭਾਵੇਂ ਉਹਨੂੰ ਚੋਰ ਲੈ ਜਾਣ,
ਸੋ ਕਲਰਕ ਨੇ ਵੀ ਕਲਰਕੀ ਕਰਨੀ ਹੁੰਦੀ ਹੈ, ਭਾਵੇਂ ਉਹਦੇ ਕੋਲੋਂ ਫਾਈਲਾਂ ਦੀ ਕਾਰਵਾਈ ਕਰਵਾ ਲਓ, ਭਾਵੇਂ ਬਿੱਲਾਂ ਦਾ ਭੁਗਤਾਨ ਇਕੱਠਾ ਕਰਾ ਲਓ ਅਤੇ ਭਾਵੇਂ ਪੀਏਗਿਰੀ ਕਰਾ ਲਓ। ਉਹਦੇ ਸਾਥੀਆਂ ਨੇ ਰਾਮ ਲਾਲ ਨੂੰ ਮੁਬਾਰਕਾਂ ਦਿੱਤੀਆਂ। ਕਾਹਦੀ ਮੁਬਾਰਕ ਬਈ, ਬੈਲ ਨੇ ਤਾਂ ਜਾਂ ਹਲ ਅੱਗੇ ਜੁੱਤਣਾ ਹੈ ਅਤੇ ਜਾਂ ਕੋਹਲੂ 'ਚ ਜਾਂ ਹਲਟ ਗੇੜਨਾ ਅਤੇ ਜਾਂ ਗੱਡਾ ਖਿੱਚਣਾ, ਕੀ ਫਰਕ ਪੈਂਦਾ ਹੈ? ਪਰ ਖੁਰਦਾਰ, ਫਰਕ ਤਾਂ ਉਸ ਕੁਰਸੀ 'ਤੇ ਬਹਿ ਕੇ ਪਤਾ ਲੱਗੇਗਾ। ਕਰੋੜਾਂ ਦੇ ਵਾਰੇ ਨਿਆਰੇ ਹੁੰਦੇ ਨੇ ਉਸ ਸਾਹਿਬ ਦੇ ਕਮਰੇ 'ਚ, ਬਾਹਰਲੇ ਕਮਰੇ 'ਚ ਬੈਠੇ ਹਾਂ, ਕੁਝ ਨਿਆਜ਼ ਤਾਂ ਤੁਹਾਡੇ ਹਿੱਸੇ ਵੀ ਆਏਗੀ। ਪਰ ਰਾਮ ਲਾਲ ਨੂੰ ਇਹ ਸਾਰੀਆਂ ਗੱਲਾਂ ਗਾਲਾਂ ਵਾਂਗ ਲੱਗਦੀਆਂ। ਉਹਨੂੰ ਇੰਨੀ ਸ਼ਰਮ ਆਉਂਦੀ ਕਿ ਇਹ ਤਕਦੀਰ ਨੇ ਕਿੱਥੇ ਲਿਆ ਫਸਾਇਆ ਹੇ ਪ੍ਰਭੂ। ਖੈਰ, ਨੌਕਰੀ ਤਾਂ ਨੌਕਰੀ ਹੈ, ਨੌਕਰੀ ਕੀ ਅਤੇ ਨਖਰਾ ਕੀ? ਵੱਡੇ ਵਡੇਰੇ ਐਵੇਂ ਤਾਂ ਨਹੀਂ ਨਾ ਕਹਿ ਗਏ ਨਖਿੱਧ ਚਾਕਰੀ? ਸਾਰਾ ਸਾਰਾ ਦਿਨ ਅਜੀਬ ਤਮਾਸ਼ੇ ਹੁੰਦੇ। ਉਹਨੂੰ ਕਾਉਂਸਲਰ ਸਾਹਿਬ ਨੇ ਇੱਕ ਲਿਸਟ ਬਣਵਾ ਦਿੱਤੀ ਸੀ ਪਹਿਲੇ ਦਿਨ ਹੀ ਕਿ ਇਹਨਾਂ ਇਹਨਾਂ ਲੋਕਾਂ ਦੇ ਫੋਨ ਆਉਣ ਜਾਂ ਉਹ ਆਪ ਆ ਜਾਣ ਤਾਂ ਫੌਰਨ ਮਿਲਣ ਦਿੱਤਾ ਜਾਏ। ਬਾਕੀ ਤਾਂ ਰਾਮ ਲਾਲ ਨੇ ਸਭ ਕੁਝ ਆਪੇ ਹੀ ਸਮਝਣਾ ਸੀ, ਆਹਿਸਤਾ ਆਹਿਸਤਾ ਤਜਰਬੇ ਨਾਲ, ਅਤੇ ਸਮਝਣੀ ਸੀ ਕੌਂਸਲਰ ਸਾਹਿਬ ਦੀ ਆਵਾਜ਼ ਦੀ ਤੁਰਸ਼ੀ ਅਤੇ ਮਿਠਾਸ, ਖਣਕ ਕੇ ਟੁਣਕਾਰ, ਦਮ ਖੰਮ ਅਤੇ ਮਿਮਿਹਾਟ, ਪਲਕਾਂ ਦੀ ਜੁੰਬਸ਼ ਅਤੇ ਅੱਖਾਂ 'ਚ ਜੱਗ ਉੱਠਣ ਵਾਲੀ ਕੰਦੀਲ। ਇਹ ਸਾਰੀਆਂ ਜੁੰਬਸ਼ਾਂ ਅਤੇ ਕੰਬੜੀਆਂ ਅਤੇ ਤਰਾਸ਼ਾਂ ਅਤੇ ਇਹਨਾਂ ਸਭ ਦੇ ਮਹੀਨ ਤੋਂ ਮਹੀਨ ਫਰਕ ਸਮਝਣ ਨਾਲ ਹੀ ਉਹਦੀ ਨੌਕਰੀ ਦਾ ਤਾਲਕ ਸੀ। ਕਿਹਨੂੰ ਫੌਰਨ ਮਿਲਾ ਦੇਣਾ, ਕਿਸ ਨੂੰ ਟਾਲਣ ਵਾਲੀ ਅਫੀਮ ਖੁਆਉਂਦਿਆਂ ਰਹਿਣਾ, ਕਿਸ ਨੂੰ ਅਦਬ ਨਾਲ ਚਾਹ ਪਿਆਉਣੀ ਹੈ, ਕਿਸ ਨੂੰ ਦੋ ਟੁੱਕ ਜਵਾਬ ਦੇ ਦੇਣਾ। ਇਹ ਸਭ ਤਾਂ ਆਪੇ ਰਿਸਰਚ ਕਰਕੇ ਸਮਝਣ ਵਾਲੀਆਂ ਗੱਲਾਂ ਨੇ। ਇਹ ਰਾਮ ਲਾਲ ਨੂੰ ਪਤਾ ਲੱਗ ਗਿਆ ਸੀ, ਪਰ ਉਹ ਆਪਣੇ ਆਪ ਨੂੰ ਜਿੱਧਰੋਂ ਵੀ ਵੇਖਦਾ ਉਹਨੂੰ ਲੱਗਦਾ ਇਹ ਸਭ ਉਹਦੇ ਵੱਸ ਦੀ ਗੱਲ ਨਹੀਂ ਸੀ। ਉਹ ਕੁਰਸੀ 'ਤੇ ਬਹਿ ਕੇ ਉਹਨੇ ਅਜੀਬੋ ਗਰੀਬ ਦੁਨੀਆ 'ਚ ਪ੍ਰਵੇਸ਼ ਕੀਤਾ। ਉਹਦੇ ਆਸ ਪਾਸ 40 ਹਜ਼ਾਰ ਚੋਰ ਸਨ ਅਤੇ ਉਹ ਆਪ ਸੀ ਅਲੀ ਬਾਬਾ। ਪਰ ਕਿੱਸਿਆਂ ਵਾਲਾ ਅਲੀ ਬਾਬਾ ਤਾਂ ਚੋਰਾਂ ਨੂੰ ਮੋਰ ਹੋ ਕੇ ਟੱਕਰਿਆ ਸੀ, ਪਰ ਇਹ ਅਲੀ ਬਾਬਾ ਸਿਰਫ ਹੈਰਾਨ ਹੁੰਦਾ ਸੀ ਅਤੇ ਉਹਨਾਂ ਸਾਰੇ ਚੋਰਾਂ ਨੂੰ ਸਾਰੇ ਕੌਂਸਲਾਂ ਨਾਲ ਜ਼ਰਬ ਦਿੰਦਾ ਰਹਿੰਦਾ ਸੀ। ਪਰ ਚੋਰ ਤਾਂ ਹੋਰ ਪਰੇ ਹੋਰ ਹੋਰ ਵਾਂਗ ਕਿੰਨੀਆਂ ਹੀ ਜ਼ਰਬਾਂ ਦੇ ਮੁਹਤਾਜ ਸਨ। ਹਜ਼ਾਰ ਤੋਂ ਵੱਧ ਪਾਰਲੀਮੈਂਟ ਦੇ ਮੈਂਬਰ ਅਤੇ ਉਹਨਾਂ ਦੇ ਦੁਆਲੇ ਜੁੜੀ ਚੋਰਾਂ ਦੀ ਭੀੜ, ਮਿਨਿਸਟਰ ਅਤੇ ਉਹਨਾਂ ਦੇ ਦੁਆਲੇ ਜੜੇ ਚੋਰਾਂ ਦੇ ਜਮਘਟ, ਸਟੇਟਾਂ ਦੀਆਂ ਸਰਕਾਰਾਂ ਅਤੇ ਚੋਰਾਂ ਦੀਆਂ ਢਾਣੀਆਂ, ਚੋਰ ਦਰ ਚੋਰ। ਉਹਨੂੰ ਲੱਗਦਾ ਹੈ ਸਾਰੇ ਰਲ ਕੇ ਸਿਰਫ ਉਹਨੂੰ ਹੀ ਲੁੱਟ ਰਹੇ ਨੇ, ਕਿਉਂਕਿ ਰਾਮ ਲਾਲ ਹਿੰਦੁਸਤਾਨ ਸੀ, ਪੂਰਾ ਦੇਸ਼ ਸੀ, ਪੂਰੇ ਮੁਲਕ ਦੇ ਲੁੱਟੇ ਜਾਣ ਵਾਲਿਆਂ ਦਾ ਜਾਨਸ਼ੀਨ, ਲੁੱਟੇ ਜਾਣਾ ਉਹਨੂੰ ਵਿਰਾਸਤ 'ਚ ਮਿਲਿਆ ਸੀ। ਉਸ ਕੁਰਸੀ 'ਤੇ ਬਹਿ ਕੇ ਉਹਨੂੰ ਦਿਵ ਦ੍ਰਿਸ਼ਟੀ ਮਿਲੀ ਸੀ, ਸਮਝ ਆਈ ਸੀ ਕਿ ਲੱਖਾਂ ਬਿਮਾਰ ਦਵਾਈਆਂ ਖੁਣੋਂ ਕਿਸ ਤਰ੍ਹਾਂ ਮਰਦੇ ਨੇ, ਸਕੂਲਾਂ ਖੁਣੋਂ ਕਿਸ ਤਰ੍ਹਾਂ ਅਨਪੜ੍ਹ ਰਹਿੰਦੇ ਨੇ, ਰੋਜ਼ਗਾਰ ਖੁਣੋਂ ਕਿਸ ਤਰ੍ਹਾਂ ਨੌਜਵਾਨ ਹੱਡੀਆਂ 'ਚ ਪਾਂ ਪੈ ਜਾਂਦੀ ਹੈ, ਅਤੇ ਇਹ ਕਿ ਨਵੀਆਂ ਬਣੀਆਂ ਤਾਰਕੋਲ ਦੀਆਂ ਸੜਕਾਂ ਕਿਸ ਤਰ੍ਹਾਂ ਪਹਿਲੇ ਮੀਂਹ 'ਚ ਮਿੱਟੀ ਵਾਂਗੂ ਖੁਰ ਜਾਂਦੀਆਂ ਨੇ, ਨਵੀਆਂ ਬਣਦੀਆਂ ਇਮਾਰਤਾਂ ਕਿਸ ਤਰ੍ਹਾਂ ਢਹਿ ਜਾਂਦੀਆਂ ਨੇ, ਅਤੇ ਇਹ ਕਿ ਹਰ ਕੁਰਸੀ ਵਾਸਤੇ ਇਲੈਕਸ਼ਨ ਲੜਨ ਲਈ ਹਰ ਬੰਦਾ ਕਿਉਂ ਲੱਖਾਂ ਰੁਪਏ ਖਰਚ ਕਰ ਦਿੰਦਾ, ਜਦਕਿ ਉਹਦੀ ਤਨਖਾਹ ਖੁਦ ਰਾਮ ਲਾਲ ਦੀ ਤਨਖਾਹ ਨਾਲੋਂ ਵੀ ਘੱਟ ਹੁੰਦੀ ਹੈ। ਪਰ ਰਾਮ ਲਾਲ ਕੋਲ ਸਿਵਾਏ ਚੁੱਪ ਚਾਪ ਯੈਸ ਸਰ, ਆਲ ਰਾਈਟ ਸਰ ਕਹਿਣ ਤੋਂ ਅਤੇ ਫੋਨ ਸੁਣੀ ਜਾਣ ਤੋਂ ਅਤੇ ਮੁਲਾਕਾਤਾਂ ਦਾ ਵਕਤ ਮੁਕਰਰ ਕਰੀ ਜਾਣ ਤੋਂ ਅਤੇ ਡਿਕਟੇਸ਼ਨ ਲਈ ਜਾਣ ਤੋਂ ਅਤੇ ਟਾਈਪਰਾਈਟਰ ਕੁੱਟੀ ਜਾਣ ਤੋਂ ਚਾਰਾ ਵੀ ਕੀ ਸੀ? ਉਂਝ ਇਸ ਨੌਕਰੀ ਤੋਂ ਇਲਾਵਾ ਉਹਦੀ ਕੋਈ ਪਛਾਣ ਹੀ ਨਹੀਂ ਸੀ। ਰਾਮ ਲਾਲ? ਕਿਹੜਾ ਰਾਮ ਲਾਲ? ਵਲਦ ਭੈਰੋਂ ਪ੍ਰਸ਼ਾਦ, ਉਹ ਕੌਣ ਬਈ? ਇਸ ਮੁਲਕ 'ਚ ਲੱਖਾਂ ਰਾਮ ਲਾਲ ਗੋਂਗਲੂਆਂ ਦੇ ਭਾਅ ਵਿਕਦੇ ਨੇ ਅਤੇ ਵਿੱਚੋਂ ਲੱਖਾਂ ਹੀ ਗੋਦਾਮਾਂ 'ਚ ਪਏ ਪਏ ਸੜ ਜਾਂਦੇ ਨੇ ਜੀ। ਉਹ ਰਾਮ ਲਾਲ ਜਿਹੜਾ ਮਿਊਂਸਪੈਲਿਟੀ ਦੇ ਵੱਡੇ ਦਫ਼ਤਰ ਯਾਨੀ ਟਾਊਨ ਹਾਲ 'ਚ ਕੰਮ ਕਰਦਾ ਹੈ ਅਤੇ ਫਲਾਣੇ ਕਾਉਂਸਲਰ ਦਾ ਪਰਸਨਲ ਅਸਿਸਟੈਂਟ ਹੈ? ਅੱਛਾ, ਉਹ ਸੋ ਇਹੀ ਉਹਦੀ ਸ਼ਨਾਖਤ ਸੀ। ਫਿਰ ਘਰ 'ਚ ਤਿੰਨ ਬੱਚੇ ਸਨ ਜਿਨ੍ਹਾਂ ਨੂੰ ਰੋਟੀ ਚਾਹੀਦੀ ਸੀ ਅਤੇ ਜਿਹੜੇ ਵੱਡੇ ਹੋ ਰਹੇ ਸਨ, ਮੁਲਕ ਦਾ ਭਵਿੱਖ। ਉਂਝ ਇਹ ਵੱਖਰੀ ਗੱਲ ਹੈ ਕਿ ਇਸ ਭਵਿੱਖ ਦੇ ਪਜਾਮਿਆਂ ਦੀਆਂ ਸਿਉਣਾ ਮਿਆਨੀਆਂ ਤੋਂ ਉਧੜੀਆਂ ਰਹਿੰਦੀਆਂ ਸਨ, ਕਮੀਜ਼ਾਂ ਦੇ ਕਾਲਰ ਚਿੱਥੜਿਆਂ ਨੂੰ ਵੀ ਸ਼ਰਮਸਾਰ ਕਰਦੇ ਰਹਿੰਦੇ ਸਨ, ਕਿਉਂਕਿ ਉਹ ਕਮੀਜ਼ਾਂ ਤਕਰੀਬਨ ਹਮੇਸ਼ਾ ਹੀ ਰਾਮ ਲਾਲ ਦੀਆਂ ਫਟੀਆਂ ਕਮੀਜ਼ਾਂ ਨੂੰ ਤਰਾਸ਼ ਕੇ ਛੋਟੀਆਂ ਕਰਕੇ ਇਸ ਭਵਿੱਖ ਦੇ ਗਲ ਪਾ ਦਿੱਤੀਆਂ ਜਾਂਦੀਆਂ ਸਨ। ਰਾਮ ਲਾਲ ਦੀ ਘਰਵਾਲੀ ਪ੍ਰੇਮਾ ਨੂੰ ਬਾਹਾਂ ਛੋਟੀਆਂ ਕਰਨੀਆਂ, ਲੰਬਾਈ ਛੋਟੀ ਕਰਨੀ, ਚੌੜਾਈ ਘਟਾਉਣੀ ਤਾਂ ਆਉਂਦੀ ਸੀ, ਕਿਉਂਕਿ ਸਭ ਕੰਮ ਸੂਈ ਧਾਗੇ ਨਾਲ ਥੋੜ੍ਹੀ ਜਿਹੀ ਕੁਸ਼ਤੀ ਲੜਨ ਨਾਲ ਹੋ ਜਾਂਦੇ ਸਨ, ਪਰ ਕਾਲਰ ਬਣਾਉਣੇ ਨਹੀਂ ਸੀ ਆਉਂਦੇ। ਸੋ ਕਾਲਰ ਮੁਲਕ ਦੀ ਬਦਕਿਸਮਤੀ ਅਤੇ ਭੁੱਖ ਦੇ ਗਰੀਬੀ ਵਾਂਗੂ ਪੀੜ੍ਹੀ ਦਰ ਪੀੜ੍ਹੀ ਤੁਰਦੇ ਉਸੇ ਤਰ੍ਹਾਂ ਹੀ ਰਾਮ ਲਾਲ ਦੀ ਧੌਣ ਦੇ ਦੁਆਲਿਓਂ ਉਤਰ ਕੇ ਰਾਮ ਲਾਲ ਦੇ
ਬੱਚਿਆਂ ਯਾਨੀ ਮੁਲਕ ਦੇ ਭਵਿੱਖ ਦੀਆਂ ਧੌਣਾਂ ਦੁਆਲੇ ਲਿਪਟ ਜਾਂਦੇ ਸਨ ਅਤੇ ਇਸ ਭਵਿੱਖ ਨੂੰ ਹਮੇਸ਼ਾ ਸਕੂਲੋਂ ਮਾਸਟਰਾਂ ਮਾਸਟਰਾਣੀਆਂ ਕੋਲੋਂ ਫਟਕਾਰ ਪੈਂਦੀ ਰਹਿੰਦੀ ਸੀ। ਕਦੇ ਫੀਸ ਲੇਟ ਦੇਣ ਲਈ, ਕਦੇ ਕੱਪੜੇ ਗੰਦੇ ਪਾਉਣ ਲਈ, ਕਦੇ ਫੇਲ ਹੋਣ ਲਈ, ਕਦੇ ਦੰਗਾ ਫਸਾਦ ਕਰਨ ਲਈ। ਮੁਲਕ ਦੇ ਇਸ ਭਵਿੱਖ ਦਾ ਭਾਰ ਰਾਮ ਲਾਲ ਦੇ ਮੋਢਿਆਂ 'ਤੇ ਸੀ, ਇਸ ਕਰਕੇ ਉਹ ਮੋਢੇ ਛੰਡ ਵੀ ਨਹੀਂ ਸੀ ਸਕਦਾ। ਉਂਝ ਤਾਂ ਧਰਤੀ ਨੂੰ ਚੁੱਕ ਕੇ ਖੜੋਤੇ ਐਟਲਸ ਦੇਵਤਾ ਨੂੰ ਵੀ ਕਦੇ ਕਦਾਈ ਮੋਢੇ ਛੰਡਣ ਦਾ ਅਤੇ ਮੋਢੇ ਭਾਰ ਬਦਲਣ ਦਾ ਹੱਕ ਏ, ਇਸੇ ਕਰਕੇ ਤਾਂ ਭੁਚਾਲ ਆਉਂਦੇ ਨੇ। ਪਰ ਭੁਚਾਲਾਂ ਨਾਲ ਐਟਲਸ ਦੇਵਤਾ ਦੇ ਬੀਵੀ ਬੱਚੇ ਤਾਂ ਨਹੀਂ ਨਾ ਮਰਦੇ। ਅਤੇ ਜੇ ਰਾਮ ਲਾਲ ਕਿਧਰੇ ਖੁਦਾ ਨਖਾਸਤਾ ਮੋਢੇ ਛੰਡ ਪਵੇ ਤਾਂ ਭੁਚਾਲ ਦੇ ਮਲਬੇ ਹੇਠਾਂ ਉਹ ਆਪ ਵੀ ਦੱਬ ਜਾਏਗਾ ਅਤੇ ਯਕੀਨਨ ਉਹਦੇ ਬੀਵੀ ਬੱਚੇ ਵੀ। ਸੋ ਸਾਹਿਬੋ, ਦੇਵਤਿਆਂ ਦੀ ਗੱਲ ਹੋ ਰਹੀ, ਉਹ ਕੁਝ ਵੀ ਕਰ ਸਕਦੇ ਨੇ, ਮੋਢੇ ਛੰਡ ਸਕਦੇ ਨੇ, ਪਰ ਚੁੱਕ ਕੇ ਮਰਦੇ ਬੰਦੇ ਲਈ ਦਵਾਈ ਲਿਆ ਸਕਦੇ ਨੇ ਅਤੇ ਕੋਈ ਬੀਵੀ ਵੱਲ ਬੁਰੀ ਨਜ਼ਰ ਨਾਲ ਵੇਖੇ ਤਾਂ ਉਹਦਾ ਘਰ ਸਾੜ ਕੇ ਸੁਆਹ ਕਰ ਸਕਦੇ ਨੇ, ਮੱਖਣ ਚੁਰਾ ਸਕਦੇ ਨੇ। ਨਹਾਉਂਦੀਆਂ ਤੀਵੀਆਂ ਨੂੰ ਸੈਂਸਰ ਕੱਟ ਤੋਂ ਬਿਨਾਂ ਨੰਗਿਆਂ ਤੱਕਣਾ ਹੋਵੇ ਤਾਂ ਉਹਨਾਂ ਦੇ ਕੱਪੜੇ ਉਡਾ ਕੇ ਰਫੂ ਚੱਕਰ ਹੋ ਸਕਦੇ ਨੇ। ਵਿਆਹੀਆਂ ਤੀਵੀਆਂ ਨਾਲ ਇਸ਼ਕ ਕਰ ਸਕਦੇ ਨੇ, ਆਪਣੀਆਂ ਗਰਭਵਤੀਆਂ ਤੀਵੀਆਂ ਨੂੰ ਜੰਗਲਾਂ 'ਚ ਧੱਕ ਕੇ ਕੱਢ ਸਕਦੇ ਨੇ, ਅੱਗ 'ਚ ਬਿਠਾ ਕੇ ਆਪਣੀਆਂ ਧਰਮ ਪਤਨੀਆਂ ਦੀ ਪਵਿੱਤਰਤਾ ਦੇ ਸਬੂਤ ਲੈ ਸਕਦੇ ਨੇ, ਯਾਨੀ ਕੁਝ ਵੀ ਕਰ ਸਕਦੇ ਨੇ। ਉਹ ਤਾਂ ਦੇਵਤੇ ਹੋਏ, ਪਰ ਰਾਮ ਲਾਲ ਵਰਗਾ ਅਦਨਾ ਮਨੁੱਖ, ਧਰਤੀ 'ਤੇ ਰੇਂਗਣ ਵਾਲਾ ਮਹਿਜ਼ ਇੱਕ ਕੀੜਾ, ਉਹ ਸਿਰਫ ਚੁੱਪ ਚਾਪ ਸਭ ਕੁਝ ਬਰਦਾਸ਼ਤ ਕਰ ਸਕਦਾ, ਹੋਰ ਕੁਝ ਨਹੀਂ ਕਰ ਸਕਦਾ। ਬਰਸਾਤਾਂ ਸ਼ੁਰੂ ਹੋਈਆਂ, 2 ਦਿਨ ਮੂਲੇਧਰ ਮੀਂਹ ਵਸਿਆ, 3ਜੇ ਦਿਨ ਸਵੇਰੇ ਇੱਕ ਨਵੇਂ ਬਣੇ ਸਕੂਲ ਦੀ ਇਮਾਰਤ ਦੀ ਛੱਤ ਢਹਿ ਪਈ ਅਤੇ ਮਲਬੇ ਹੇਠਾਂ ਆ ਕੇ 4 ਬੱਚੇ ਮਰ ਗਏ ਅਤੇ 23 ਬੱਚਿਆਂ ਨੂੰ ਖਤਰਨਾਕ ਫੱਟੜ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਇਸ ਬਿਲਡਿੰਗ ਦਾ ਠੇਕਾ ਜਿਨ੍ਹਾਂ ਲੋਕਾਂ ਕੋਲ ਸੀ ਉਹਨਾਂ ਬਾਰੇ ਰਾਮ ਲਾਲ ਨੂੰ ਸਾਰਾ ਪਤਾ ਸੀ। ਕਿਸ ਤਰ੍ਹਾਂ ਉਹਦੇ ਸਾਹਿਬ ਨੇ ਉਹਨਾਂ ਲੋਕਾਂ ਨੂੰ ਰਾਮ ਲਾਲ ਕੋਲੋਂ ਹੀ ਅਖਵਾਇਆ ਸੀ ਕਿ ਸਾਹਿਬ ਦੀ 1000 ਗਜ਼ ਜ਼ਮੀਨ ਪਈ ਹੈ ਚੰਡੀਗੜ੍ਹ 'ਚ, ਕੋਠੀ ਬਣਨੀ ਹੈ, ਜੇ ਕੋਈ ਚੰਗਾ ਆਰਕੀਟੈਕਟ ਹੋਵੇ ਉਹਨਾਂ ਕੋਲ ਤਾਂ ਨਕਸ਼ਾ ਬਣਵਾ ਦੇਣ। ਅਤੇ ਉਹਨਾਂ ਲੋਕਾਂ ਨੇ ਹੱਸ ਕੇ ਕਿਹਾ ਸੀ, ਸਿਰਫ ਨਕਸ਼ਾ ਹੀ ਕਿਉਂ, ਉਹ ਕੋਠੀ ਬਣਵਾ ਦੇਣਗੇ। ਰਾਮ ਲਾਲ ਨੂੰ ਬੜੀ ਕੋਫਤ ਹੋਈ ਸੀ, ਉਹਨੂੰ ਲੱਗਾ ਸੀ ਉਹ ਚੋਰਾਂ ਨੂੰ ਸੰਨ ਲਾਉਣ 'ਚ ਮਦਦ ਕਰ ਰਿਹਾ ਹੈ। ਅਤੇ ਉਹਨਾਂ ਲੋਕਾਂ ਨੇ ਕਾਉਂਸਲਰ ਸਾਹਿਬ ਦੀ ਕੋਠੀ 4-5 ਮਹੀਨਿਆਂ ਵਿੱਚ ਹੀ ਬਣਵਾ ਦਿੱਤੀ ਸੀ। ਵਧੀਆ ਸਲੀਕੇਦਾਰ 1.5 ਮੰਜ਼ਲੀ ਟਿੰਬਰ ਦਿੱਲੀਓਂ ਗਿਆ ਸੀ, ਸੰਗਮਰਮਰ ਮਕਰਾਣੇ ਤੋਂ ਆਇਆ ਸੀ, ਟਾਈਲਾਂ ਬੰਬਈ ਤੋਂ, ਸੈਨੇਟਰੀ ਫਿਟਿੰਗਸ ਅਤੇ ਬਲਬਾਂ ਦੇ ਸ਼ੇਡ ਅਤੇ ਪੱਖੇ ਸਾਹਿਬ ਦੀ ਬੇਗਮ ਨੇ ਆਪ ਪਸੰਦ ਕੀਤੇ ਸੀ ਠੇਕੇਦਾਰ ਨਾਲ ਜਾ ਕੇ। ਕਈ ਵਾਰੀ ਰਾਮ ਲਾਲ ਨੂੰ ਵੀ ਬੇਗਮ ਸਾਹਿਬਾ ਦੀ ਮਦਦ ਲਈ ਨਾਲ ਜਾਣਾ ਪਿਆ ਸੀ। ਹੁਕਮ ਸੀ ਜੋ ਬਜਾ ਲਿਆਉਣਾ ਉਹਦਾ ਕੰਮ ਸੀ। ਕੋਠੀ ਤਾਂ ਕਾਉਂਸਲਰ ਸਾਹਿਬ ਦੇ ਬੱਚਿਆਂ ਦੀ ਅਤੇ ਪੋਤਰਿਆਂ ਤੱਕ ਵੀ ਪੁਖਤਾ ਰਹਿਣੀ ਸੀ। ਸਕੂਲਾਂ ਦੀਆਂ ਇਮਾਰਤਾਂ ਦਾ ਕੀ ਹੈ, ਉਹ ਭਾਵੇਂ ਕੱਲ੍ਹ ਢਹਿ ਜਾਣ, ਉਹਨਾਂ ਦੇ ਮਲਬੇ ਹੇਠਾਂ ਆਉਣ ਵਾਲੇ ਬੱਚੇ ਹਿੰਦੁਸਤਾਨ ਦੇ ਕੂੜੇ ਕਬਾੜਖਾਨੇ ਦੇ ਢੇਰ ਦੇ ਕੀੜੇ ਨੇ, ਸੋ ਕੀ ਫਰਕ ਪੈਂਦਾ। ਜੰਮਦੇ ਇਹਨਾਂ ਨੇ ਇੰਨੇ ਨੇ ਕੰਬਖਤ ਕੁਰਬਲ ਕਰਦੇ, ਅਤੇ ਕੌਣ ਕਹਿੰਦਾ ਇਹਨਾਂ ਨੂੰ ਕਿ ਜ਼ਰੂਰ ਸਕੂਲ ਜਾਣ ਹੀ। ਬਾਕੀ ਬੱਚਿਆਂ ਵਾਂਗ ਉਹ ਵੀ ਬੂਟ ਪੋਲਿਸ਼ ਕਰ ਸਕਦੇ ਨੇ, ਫੈਕਟਰੀਆਂ 'ਚ ਰਾਤੀ ਪ੍ਰਭਾਤੀ ਕੰਮ ਕਰ ਸਕਦੇ ਨੇ, ਭਾਂਡੇ ਮਾਂਜ ਸਕਦੇ ਨੇ, ਅਖਬਾਰਾਂ ਵੇਚ ਸਕਦੇ ਨੇ, ਕਿਉਂ ਨਹੀਂ ਕਰਦੇ ਸਭ? ਤੁਰ ਪੈਂਦੇ ਨੇ ਸ਼ਕਲ। ਇਹਨਾਂ ਨੂੰ ਨਹੀਂ ਪਤਾ ਕਿ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਕੱਚੀਆਂ ਹੁੰਦੀਆਂ ਨੇ, ਮੀਆਂ 'ਚ ਮਲਬੇ ਦਾ ਢੇਰ ਬਣ ਸਕਦੀਆਂ ਨੇ। ਰਾਮ ਲਾਲ ਨੂੰ ਸਾਰਾ ਦਿਨ ਗੁੱਸਾ ਆਉਂਦਾ ਰਿਹਾ, ਉਹਨਾਂ ਮਰਨ ਵਾਲੇ ਬੱਚਿਆਂ 'ਤੇ, ਆਪਣੇ ਆਪ 'ਤੇ, ਹਵਾ 'ਤੇ, ਮੀਂਹ 'ਤੇ, ਕੁਰਸੀ 'ਤੇ, ਮੇਜ਼ 'ਤੇ, ਮਿੱਟੀ 'ਤੇ, ਚਪੜਾਸੀ 'ਤੇ, ਸਭ 'ਤੇ। ਲੋਡੇ ਵੇਲੇ ਉਹਦੇ ਸਾਹਿਬ ਨੇ ਉਹਨੂੰ ਬੁਲਾਇਆ, ਉਹ ਵੀ ਰਾਮ ਲਾਲ, ਉਹ ਸਕੂਲ ਦੀ ਬਿਲਡਿੰਗ ਦੇ ਕੰਟਰੈਕਟਰ ਦੀਆਂ ਸਾਰੀਆਂ ਫਾਈਲਾਂ, ਯਾਨੀ ਅੱਜ ਤੱਕ ਦੇ ਸਾਰੇ ਠੇਕੇ ਜਿਹੜੇ ਉਹਨਾਂ ਨੂੰ ਮਿਲੇ ਨੇ, ਸਭ ਫਾਈਲਾਂ ਇਕੱਠੀਆਂ ਕਰ ਦਫ਼ਤਰ ਵਿੱਚੋਂ, ਅਤੇ ਰਾਮ ਅਤੇ ਸ਼ਾਮ ਨੂੰ ਲੈ ਕੇ ਕੋਠੀ ਆ ਜਾਈਂ। ਸ਼ਾਮ ਵੇਲੇ ਜਦੋਂ ਰਾਮ ਲਾਲ ਫਾਈਲਾਂ ਦਾ ਗੱਠੜ ਲੈ ਕੇ ਸਾਹਿਬ ਦੀ ਕੋਠੀ ਪਹੁੰਚਿਆ ਤਾਂ ਠੇਕੇਦਾਰ ਅਤੇ ਉਹਦਾ ਪੁੱਤਰ ਸਾਹਿਬ ਨਾਲ ਵੱਡੇ ਕਮਰੇ 'ਚ ਬੈਠੇ ਵਿਸਕੀ ਪੀ ਰਹੇ ਸਨ। ਆ ਵੀ ਰਾਮ ਲਾਲ, ਫਾਈਲਾਂ ਇੱਥੇ ਰੱਖ ਅਤੇ ਜ਼ਰਾ ਸਕੂਲ ਦੀ ਬਿਲਡਿੰਗ ਨਾਲ ਕਨੈਕਟਿਡ ਸਾਰੇ ਕਾਗਜ਼ ਫਲੈਪ ਕਰਦੇ, ਰਾਤੀ ਵੇਖਾਂਗਾ। ਠੇਕੇਦਾਰ ਨੇ ਰਾਮ ਲਾਲ ਦੀ ਅਹਿਮੀਅਤ ਤਸਲੀਮ ਕਰਦਿਆਂ ਇੱਕ ਪੈਗ ਉਹਦੇ ਲਈ ਵੀ ਬਣਾ ਦਿੱਤਾ। ਰਾਮ ਲਾਲ ਨੇ ਕਿਹਾ ਕਿ ਉਹਨੇ ਤਾਂ ਕਦੀ ਪੀਤੀ ਨਹੀਂ ਸ਼ਰਾਬ। ਨਹੀਂ ਨਹੀਂ, ਇਹ ਤਾਂ ਜ਼ਰੂਰ ਪੀਣੀ ਪਏਗੀ, ਇਹ ਤਾਂ ਓਨਰ ਕਰ ਰਿਹਾ ਤੈਨੂੰ, ਨਹੀਂ ਪੀਏਗਾ ਤਾਂ ਸਾਡੀ ਇਨਸਲਟ ਹੋਏਗੀ, ਠੇਕੇਦਾਰ ਕਹਿਣ ਲੱਗਾ। ਕਾਉਂਸਲਰ ਸਾਹਿਬ ਨੇ ਵੀ ਮੁਸਕਰਾ ਕੇ ਉਹਦੀ ਤਾਇਦ ਕੀਤੀ ਅਤੇ ਰਾਮ ਲਾਲ ਨੇ ਇੱਕੋ ਡਿੱਕੇ ਉਹ ਪੈਗ ਅੰਦਰ ਡੋਲ ਲਿਆ ਅਤੇ ਗਲਾਸ ਠੇਕੇਦਾਰ ਦੇ ਸਾਹਮਣੇ ਕਰਤਾ।
दूजा पैग पी के उन्हें इतमिनान बह के चारों पासे वेख्या। अजीब गल, इस कोठी चो अगे भी कई वारी आया सी, पर हर वारी नीवी नज़र नाल जरूरी काम करके चला जाता सी। पर अज उन्हें दो पैग पीन मगरों नज़र उच्ची कर ली ते अख भर के आले दुआले तकन लगा। अपने साहब नू, ठेकेदार नू, साहब दी बेगम नू, कंधा नू, ईरानी कालीना नू, रंगीन टीवी नू, वीडियो नू, म्यूजिक सिस्टम नू, सोफिया नू, डिनर सैटा नू, कट गलास दे गुलदाना नू, गुलदाना विच सजे फुल्ला नू। फिर पता नहीं की होया, वो मन विच ही अपने आप नू गाला कढ़न लगा। वे राम लाला कुत्तिया कमीनिया की खटिया तू सारी हयाती च, वे हरामिया तेरे कोलों अपने बच्चों का ढिड भी ना भर होया। वे लानतिया तेरे कोलों स्कूल की छत हेठा आ गए, मरन वाले बच्चे भी ना बचाए गए। ना मुरादा तेरे कोलों ना अपना कुछ सौरिया ना दूजिया का, डुब मारे राम लाला। लड़खड़ा होया वह घर परतिया। सारी रात वो अपने आप न लड़ता रहा, अपने आप को गालां कढ़ता रहा। तो सवेरे नहा धो के नवे ब्लेड नाल शेव करके तैयार होके दफ्तर जाके बड़े इतमान नाल टाउन हॉल की चौथी छत पर पहुंचया ते उत्थों हेठां छाल मार दी। धन्यवाद।